hadi hazıra. Cacı da bir çağır. ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਵੀ ਕੱਲ ਦੀ ਤਰ੍ਹਾਂ ਅਸੀਂ ਤਿੰਨੋਂ ਜਣੇ ਹਾਜ਼ਰ ਆ ਮੈਂ ਹਰਮਨ ਥਿਨ ਮੇਰੇ ਨਾਲ ਸਵਰਨ ਸਿੰਘ ਟੈਣਾ ਤੇ ਨਾਲ ਸਾਡੇ ਜਸਵਿੰਦਰ ਸਿੰਘ ਸੋਲ ਸੋ ਕੱਲ ਬਹੁਤ ਹੀ ਪਿਆਰੀਆਂ ਬਹੁਤ ਹੀ ਮਿੱਠੀਆਂ ਗੱਲਾਂ ਅਸੀਂ ਇਹਨਾਂ ਦੇ ਨਾਲ ਕੀਤੀਆਂ ਪਰ ਗੱਲਾਂ ਜਿਹੜੀਆਂ ਮੁੱਕਣ ਦਾ ਨਾਂ ਨਹੀਂ ਲੈ ਰਹੀਆਂ ਸੀ ਇਸ ਲਈ ਅਸੀਂ ਸੋਚਿਆ ਵੀ ਕਿਉਂ ਨਾ ਲਗਾਤਾਰਤਾ ਜਿਹੜੀ ਆ ਉਹ ਬਰਕਰਾਰ ਰੱਖੀ ਜਾਏ ਸੋ ਅੱਜ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ ਤੇ ਫਿਰ ਹੁਣ ਢੇਰ ਸਾਰੀਆਂ ਗੱਲਾਂ ਬਾਤ ਬਿਲਕੁਲ ਜੀ ਢੇਰ ਸਾਰੀਆਂ ਗੱਲਾਂ ਆਪਾਂ ਕਰਨੀਆਂ ਆਪਾਂ ਨਾ ਕੱਲ ਜਦੋਂ ਪ੍ਰੋਗਰਾਮ ਦਾ ਮੁਕਾ ਸੀ ਜਦੋਂ ਜਿੱਥੇ ਸਮਾਪਤੀ ਕਰਦੇ ਸੀ ਬਿਲਕੁਲ ਠੀਕ ਉੱਥੇ ਗੱਲ ਕਹੀ ਸੀ ਵੀ ਜੱਸੀ ਸੋਲ ਅੰਤਾਂ ਦੀ ਸਫਲਤਾ ਤੋਂ ਬਾਅਦ ਅਲੋਪ ਹੋ ਗਿਆ ਅਲੋਪ ਹੋ ਕੇ ਚੁੱਪ ਹੋ ਗਿਆ ਠੀਕ ਹੈ ਉਹਦੀ ਸਰਗਰਮੀ ਘੱਟ ਗਈ ਇੱਕਦਮ ਸਰਗਰਮੀ ਦੀ ਗੱਲ ਹੁੰਦੀ ਹੈ ਹਰ ਖੇਤਰ ਦੇ ਵਿੱਚ ਜਦੋਂ ਬੰਦਾ ਸਰਗਰਮ ਰਹਿੰਦਾ ਤਾਂ ਫਿਰ ਉਹਦੀ ਚਰਚਾ ਦਰ ਚਰਚਾ ਅੱਗੇ ਤੋਂ ਅੱਗੇ ਵੱਧਦੀ ਆ ਨਾਲੇ ਜਦੋਂ ਬੰਦਾ ਇਸ ਮੁਕਾਮ ਦੇ ਉੱਪਰ ਪਹੁੰਚ ਜਾਂਦਾ ਫਿਰ ਕੋਈ ਵੀ ਅਲੋਪ ਨਹੀਂ ਹੋਣਾ ਚਾਹੁੰਦਾ ਬਿਲਕੁਲ ਨਹੀਂ ਚਾਹੁੰਦਾ ਹੈਨਾ ਇਹ ਜਿਹੜਾ ਨਾ ਗਲੈਮਰ ਦੇ ਨਾਲ ਜੁੜੀ ਗੱਲ ਆ ਇਹ ਚਮਕ ਦਮਕ ਵਾਲੀ ਜ਼ਿੰਦਗੀ ਜਿਹੜੀ ਇਹਦੇ ਵਿੱਚੋਂ ਤਾਂ ਜੇਕਰ ਤੁਸੀਂ 6 ਮਹੀਨੇ ਲਈ 1 ਸਾਲ ਦੇ ਲਈ ਉਰੇ ਪਰੇ ਹੋ ਜਾਂਦੇ ਕਿਸੇ ਵੀ ਕਾਰਨ ਕਰਕੇ ਲੋਕ ਭੁੱਲ ਜਾਂਦੇ ਲੋਕ ਤੁਹਾਨੂੰ ਭੁੱਲਣਾ ਸ਼ੁਰੂ ਹੋ ਜਾਂਦੇ ਆ ਕਿਉਂਕਿ ਯਾਦਾਸ਼ਤ ਨਾ ਜਿਹੜੀ ਮਨੁੱਖ ਦੀ ਉਹ ਮੁੱਠੀ ਦੇ ਵਿੱਚ ਪਈ ਰੇਤ ਵਰਗੀ ਆ ਇਹ ਰੇਤ ਕਿਰ ਜਾਂਦੀ ਆ ਮੁੱਠੀ ਖਾਲੀ ਰਹਿ ਜਾਂਦੀ ਆ ਇੱਕ ਚੀਜ਼ ਦੇ ਲਈ ਮੈਂ ਤੁਹਾਨੂੰ ਸਲਾਮ ਕਰਨਾ ਚਾਹੁੰਦੀ ਆ ਵੀ ਤੁਸੀਂ ਗੀਤ ਇਹੋ ਜਿਹੇ ਗਾਏ ਜਿਨ੍ਹਾਂ ਨੇ ਤੁਹਾਨੂੰ ਅਲੋਪ ਹੋਣ ਇੱਕ ਹੋਰ ਵੱਡੀ ਗੱਲ ਇਹਨਾਂ ਦਾ ਜਜ਼ਬਾ ਬਿਲਕੁਲ ਠੀਕ ਜਜ਼ਬਾ ਨਾ ਜਿਹੜੀ ਇਹਨਾਂ ਦੇ ਅੰਦਰ ਊਰਜਾ ਸਪਿਰਿਟ ਆ ਜਿਹੜੀ ਉਹ ਕਮਾਲ ਦੀ ਆ ਤੇ ਅਸੀਂ ਬਾਈ ਮੈਂ ਤਾਂ ਬਹੁਤ ਕੁਝ ਜਾਣਦਾ ਕਿ ਕਿਸ ਤਰੀਕੇ ਨਾਲ ਤੁਸੀਂ ਤਨ ਦੇ ਉੱਤੇ ਕੀ ਕੁਝ ਹੰਡਾਇਆ ਮਨ ਦੇ ਉੱਤੇ ਕੀ ਕੁਝ ਹੰਡਾਇਆ ਜੀ 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 ਦੇਖੋ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਇਸ ਦੁਨੀਆਂ ਦੇ ਵਿੱਚ ਨਹੀਂ ਤਾਂ ਮੈਨੂੰ ਘਾਟ ਉਹਨਾਂ ਦੀ ਹਮੇਸ਼ਾ ਰੜਕਦੀ ਆ ਹਰ ਖੁਸ਼ੀ ਦੇ ਮੌਕੇ ਗਮੀ ਦੇ ਮੌਕੇ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਬਹੁਤ ਘੱਟ ਹੱਸਿਆ ਆ ਮੈਨੂੰ ਹੁਣ ਮਾੜਾ ਮੋਟਾ ਹੱਸਣ ਲਾ ਲਿਆ ਇੱਥੇ ਇਹਨਾਂ ਨੇ ਬਿਲਕੁਲ ਮੇਰੇ ਮੈਂ ਜਾਣਦਾ ਸੀ ਨਹੀਂ ਆਇਆ ਬਿਲਕੁਲ ਜਾਣਦਾ ਉਸ ਸਾਰੇ ਟਾਈਮ ਨੂੰ ਜਾਣਦਾ ਮੈਂ ਕੀ ਕੁਝ ਕੀਤਾ ਤੁਹਾਡੇ ਮਾਤਾ ਜੀ ਪਿਤਾ ਜੀ ਤੁਰ ਗਏ ਜਹਾਨੋਂ ਇਹ ਮੈਂ ਨਾ ਕਈ ਦਰਸ਼ਕਾਂ ਦੇ ਹਿੱਸੇ ਦੇ ਵਿੱਚ ਗੱਲ ਲਿਆਉਣੀ ਚਾਹੁੰਦਾ ਵੀ ਜੱਸੀ ਸੋਲ ਜੇਕਰ ਅਲੋਪ ਆ ਚੁੱਪ ਆ ਇੰਨੇ ਸਮੇਂ ਤੋਂ ਤਾਂ ਉਹਦੇ ਪਿੱਛੇ ਕੀ ਕਾਰਨ ਆ ਵੈਸੇ ਤਾਂ ਟਹਿਣਾ ਸਾਹਿਬ ਚਲੋ ਆਪਾਂ ਕੱਲ੍ਹ ਵੀ ਆਪਣੇ ਦਰਸ਼ਕਾਂ ਨਾਲ ਰੂਬਰੂ ਹੋਏ ਸੀਗੇ ਅਤੇ ਅੱਜ ਵੀ ਉਸ ਲੜੀ ਨੂੰ ਆਪਾਂ ਅੱਗੇ ਤੋਰਿਆ ਵੈਸੇ ਜਿਹੜੀ ਚੀਜ਼ ਮੈਂ ਅੱਜ ਤੱਕ ਕਦੀ ਮੋਸਟਲੀ ਜਿਹੜੀ ਫੈਮਿਲੀ ਵਾਲੀਆਂ ਗੱਲਾਂ ਕਦੀ ਸਾਹਮਣੇ ਲਿਆਉਂਦੀਆਂ ਨਹੀਂ ਚਲੋ ਤੁਹਾਡੇ ਨਾਲ ਇੱਦਾਂ ਦੀ ਸਾਂਝ ਹੈ ਆਪਣੀ ਅੱਜ ਆਪਾਂ ਇਸ ਗੱਲ ਨੂੰ ਤੋਰਿਆ ਕਿ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਵੀ ਅੱਜ ਦਾ ਜਿਹੜਾ ਟਾਈਮ ਆ ਅੱਗੇ ਗਾਣਿਆਂ ਅੱਗੇ ਜਿਹੜੀਆਂ ਐਲਬਮਾਂ ਆਉਂਦੀਆਂ ਸੀ ਗਾਣੇ ਆਉਂਦੇ ਸੀ ਇੱਕ ਗਾਣਾ ਹਿੱਟ ਹੋ ਜਾਂਦਾ ਸੀ ਤਾਂ ਉਹਨਾਂ ਟਾਈਮਾਂ ਦੇ ਗਾਣੇ ਦੋ ਦੋ ਤਿੰਨ ਤਿੰਨ ਚਾਰ ਚਾਰ ਸਾਲ ਚੱਲਦੇ ਰਹਿੰਦੇ ਸੀ ਜਿੱਦਾਂ ਆਪਾਂ ਸਟਾਰਟਿੰਗ ਦੇ ਵਿੱਚ ਕੱਲ੍ਹ ਗੱਲ ਕੀਤੀ ਸੀ ਵੀ ਆਪਣਾ ਗਾਣਾ 12-13 ਸਾਲਾਂ ਬਾਅਦ ਵੀ ਅੱਜ ਵੀ ਪ੍ਰੋਪਰ ਚੱਲਦਾ ਹੈ ਅੱਜ ਵਾਕਿਆ ਹੀ ਟਾਈਮ ਇੱਦਾਂ ਦਾ ਆ ਗਿਆ ਵੀ ਗਾਣੇ ਦੀ ਜਿਹੜੀ ਗਾਣੇ ਦਾ ਜਿਹੜਾ ਹਿੱਟ ਦਾ ਜਾਂ ਫਲਾਪ ਦਾ ਉਹ 4-5 ਘੰਟਿਆਂ 'ਚ ਪਤਾ ਲੱਗ ਜਾਂਦਾ ਵੀ ਗਾਣਾ ਇਹ ਚੱਲਣਾ ਜਾਂ ਨਹੀਂ ਚੱਲਣਾ ਜਦੋਂ ਰਿਲੀਜ਼ ਕਰਦੇ ਆ ਤੁਸੀਂ ਬਾਕੀ ਜੇ ਹਿੱਟ ਆ ਤਾਂ ਉਹਦੀ ਉਮਰ 15-20 ਦਿਨ ਆ ਅਤੇ ਜੇ ਨਹੀਂ ਹਿੱਟ ਤਾਂ ਉਹ ਦਿਹਾੜੀ 'ਚ ਹੀ ਮੁੱਕ ਮੱਕ ਜਾਂਦੀ ਮਤਲਬ ਟਾਈਮ ਚੇਂਜ ਹੋ ਗਿਆ ਸਾਰੇ ਦਾ ਸਾਰਾ ਸੋਚਣ ਸ਼ਕਤੀ ਫਾਸਟ ਹੋ ਗਿਆ ਸਾਰਾ ਕੁਛ ਅਸੀਂ ਲੋਕਾਂ 'ਚ ਦਾਇਰਾ ਨਹੀਂ ਇੱਕ ਜਿਹੜਾ ਦੂਰੀ ਆ ਹਨਾ ਉਹ ਬਿਲਕੁਲ ਹੀ ਘੱਟ ਗਈ ਆ ਬਿਲਕੁਲ ਠੀਕ ਹੈ ਆਪਾਂ ਇੱਥੇ ਬੈਠੇ ਹਾਂ ਸਨੈਪਚੈਟਾਂ ਫੇਸਬੁੱਕ ਲਾਈਵ ਵਿਛਾਈ ਸਾਰਾ ਕੁਛ ਹੀ ਨਾ ਇਕੱਠਾ ਹੋ ਗਿਆ ਅੱਗੇ ਤਾਂ ਇੱਥੋਂ ਦਾ ਹੁੰਦਾ ਸੀ ਵੀ ਇੰਡੀਆ 'ਚ ਟੇਪ ਰਿਲੀਜ਼ ਹੋਣ ਤੋਂ 15 ਪਹਿਲੋਂ ਬਾਹਰ ਟੇਪ ਰਿਲੀਜ਼ ਹੁੰਦੀ ਸੀ ਵੀ ਯਾਰ ਇੱਥੇ ਬਾਅਦ 'ਚ ਕਰਿਓ ਨਹੀਂ ਤਾਂ ਟੇਪਾਂ ਇੱਥੇ ਆ ਜਾਣੀਆਂ ਸਾਡੀਆਂ ਨੇ ਮਤਲਬ ਅੱਜ ਮੇਰਾ ਖਿਆਲ ਹੈ ਵੀ ਇੱਥੇ ਰਿਲੀਜ਼ ਕਰੋ ਚਾਹੇ ਉੱਥੇ ਰਿਲੀਜ਼ ਕਰੋ ਕੋਈ ਫਰਕ ਹੀ ਨਹੀਂ ਹੈ ਨਾ ਬਾਕੀ ਜਿਹੜੀ ਗੱਲ ਅਲੋਪ ਹੋਣ ਵਾਲੀ ਗੱਲ ਹੈ ਜਾਂ ਕਿੱਦਾਂ ਹਰ ਇੱਕ ਬੰਦੇ ਨੂੰ ਸਮਾਜ ਦੇ ਵਿੱਚੋਂ ਆਪਣੀ ਫੈਮਿਲੀ ਦੇ ਵਿੱਚੋਂ ਕੁਝ ਚੀਜ਼ਾਂ ਮਿਲੀਆਂ ਹੁੰਦੀਆਂ ਟਹਿਣਾ ਸਾਹਿਬ ਨੇ ਵੀ ਉਹ ਟਾਈਮ ਹੰਡਾਇਆ ਆਪਣੇ ਦੇ ਉੱਤੇ ਮੇਰੇ ਤੋਂ ਪਹਿਲੋਂ ਹੰਡਾਇਆ ਸੋ ਮੈਂ ਵੀ ਉਸੇ ਦੌਰ 'ਚੋਂ ਗੁਜ਼ਰਿਆ ਕਿ ਰੱਬ ਨੇ ਮੇਰੇ ਕੋਲੋਂ ਮੇਰੇ ਮੰਮੀ ਡੈਡੀ ਨੂੰ ਛੋਟੀ ਉਮਰ ਦੇ ਵਿੱਚ ਮਤਲਬ ਵੀ ਦੋਨਾਂ ਨੂੰ ਛੇਤੀ ਛੇਤੀ ਲੈ ਗਿਆ ਹੋਇਆ ਕਿ ਵੀ ਇਹ 30 ਜਨਵਰੀ 2013 ਨੂੰ ਰੱਬ ਮੇਰੇ ਕੋਲੋਂ ਮੰਮੀ ਨੂੰ ਲੈ ਗਿਆ ਉਹ ਤੋਂ ਪਹਿਲੋਂ ਉਹ ਸਿੱਖ ਰਹੇ ਉਹਨਾਂ ਦੀ ਬਿਮਾਰੀ ਦੇ ਵਿੱਚ ਅਸੀਂ ਤੁਰੇ ਫਿਰਦੇ ਰਹੇ ਅਤੇ ਬਹੁਤ ਮਿਹਨਤ ਕੀਤੀ ਤੁਸੀਂ ਉਹ ਮੈਨੂੰ ਲੱਗਦਾ ਵੀ ਹਰ ਬੱਚੇ ਨੂੰ ਕਰਨੀ ਚਾਹੀਦੀ ਹੈ ਜੇ ਕੋਈ ਨਹੀਂ ਵੀ ਕਰਦਾ ਇੰਨੀ ਸੇਵਾ ਨਾ ਜਿਹੜੀ ਹਰਮਨ ਜੀ ਮੈਂ ਤੁਹਾਡੀ ਭਾਵੁਕਤਾ ਨੂੰ ਸਮਝ ਸਕਦਾ ਤੁਹਾਡੀਆਂ ਅੱਖਾਂ 'ਚ ਜਿਹੜਾ ਪਾਣੀ ਆ ਅਸਲ ਦੇ ਵਿੱਚ ਨਾ ਉਹ ਜਿਹੜੇ ਪੁੱਤ ਧੀ ਆ ਉਹਨਾਂ ਦੀ ਇੱਕ ਡਿਊਟੀ ਵੀ ਹੁੰਦੀ ਇੱਕ ਫਰਜ਼ ਹੁੰਦਾ ਕਿ ਕੰਮ ਤਾਂ ਬਾਅਦ ਦੇ ਵਿੱਚ ਵੀ ਹੋ ਜਾਣਗੇ ਸਫਲਤਾ ਅਸਫਲਤਾ ਦਾ ਦੌਰ ਤਾਂ ਚੱਲਦਾ ਰਹਿੰਦਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਾਂ ਬਾਪ ਸੰਭਾਲਣ ਦੀ ਲੋੜ ਹੁੰਦੀ ਹੈ ਮੈਂ ਜੱਸੀ ਸੋਲ ਨੇ ਜਿੰਨੀ ਸੇਵਾ ਕੀਤੀ ਆ ਸ਼ਾਇਦ ਕੋਈ ਵੀ ਨਹੀਂ ਕਰ ਸਕਦਾ ਉਹਨੂੰ ਮੈਂ ਦੱਸਦਾ ਟੰਡਾ ਸਾਹਿਬ ਇਸ ਸਾਰੇ ਨੂੰ ਸਾਰੇ ਦੌਰ ਨੂੰ ਚਲੋ ਉਸ ਚੀਜ਼ ਤੋਂ ਨਿਕਲੇ ਮੈਂ ਆਪਣੇ ਆਪ 'ਤੇ ਇੰਨਾ ਕੁ ਜ਼ਿਆਦਾ ਹਰ ਇੱਕ ਦਾ ਮਾਂ ਪਿਓ ਨਾਲ ਪੂਰਾ ਮੋਹ ਹੁੰਦਾ ਹਰ ਇੱਕ ਦੀ ਨੇੜਤਾ ਹੁੰਦੀ ਆ ਅਤੇ ਛੋਟੇ ਪੁੱਤ ਦੀ ਜ਼ਿਆਦਾ ਹੁੰਦੀ ਆ ਮਾਂ ਨਾਲ ਨੇੜਤਾ ਹਨ ਅਤੇ ਉਸ ਨੇੜਤਾ ਨੇ ਤੁਸੀਂ ਤਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਲ ਪਲ 'ਤੇ ਗੱਲਾਂ ਹੋਈਆਂ ਮਿਲਦੇ ਰਹੇ ਉਸ ਨੇੜਤਾ ਨੇ ਮੈਨੂੰ ਇੰਨਾ ਕੁ ਮਤਲਬ ਡਬੋਤਾ ਸੀ ਕਿ ਮੈਨੂੰ ਲੱਗਦਾ ਸੀ ਵੀ ਮੈਂ ਹੁਣ ਸਿੰਗਿੰਗ ਨਹੀਂ ਕਰੂੰਗਾ
ਮੇਰਾ ਮੇਰਾ ਆਪਣਾ ਪਰਸਨਲੀ ਇਹ ਮਾਹੌਲ ਬਣ ਗਿਆ ਸੀ ਮੈਂ ਸਿੰਗਿੰਗ ਨਹੀਂ ਕਰੂੰਗਾ। ਸੋ ਉਸ ਤੋਂ ਬਾਅਦ 'ਚ ਫਿਰ ਇੱਦਾਂ ਦਾ ਟਾਈਮ ਆਇਆ, ਸਰਕਲ ਨੇ ਇਹ ਕਿਹਾ, ਮੈਂ ਜ਼ਿਆਦਾ ਨਮੋਸ਼ ਰਹਿਣ ਲੱਗ ਪਿਆ ਇੰਨਾ ਕੁ ਜ਼ਿਆਦਾ ਵੀ ਬਿਲਕੁਲ ਹੀ ਬੋਲਣਾ ਚੱਲਣੇ ਵਾਲਾ ਕੰਮ ਖਤਮ ਹੋਣ ਵਾਲੀ ਗੱਲ ਹੋ ਗਈ। ਫੈਮਿਲੀ ਨੇ ਸਪੋਰਟ ਕੀਤਾ, ਭੈਣਾਂ ਭਰਾਵਾਂ ਨੇ ਸਾਰਿਆਂ ਨੇ ਵੀ ਨਹੀਂ ਯਾਰ ਜਿਹੜਾ ਤੇਰਾ ਕੰਮ ਆ ਤੂੰ ਇੰਨੇ ਚਿਰ ਤੋਂ ਕਰਦਾ ਵੀ ਉਹ ਕਰ। ਉਹ ਕਰਨਾ ਸ਼ੁਰੂ ਕੀਤਾ, ਆਪਾਂ ਐਲਬਮ ਕੀਤੀ, ਬਾਬਾ ਨਾਨਕ ਦੇਈ ਜਾਂਦਾ ਹਜ਼ਾਰ ਨਜ਼ਾਰੇ ਲਈ ਜਾਂਦਾ, ਲੋਕਾਂ ਨੇ ਉਹ ਵੀ ਪ੍ਰਵਾਨ ਕਰ ਲਈ ਤਿੰਨਾਂ ਚੌਂ ਸਾਲਾਂ ਬਾਅਦ ਕੀ ਕੀਤੀ। ਫਿਰ ਕੀ ਹੋਇਆ ਵੀ ਫਿਰ ਉਹੀ ਕਾਲਾ ਦੌਰ ਆਇਆ ਮੇਰੀ ਫੈਮਿਲੀ 'ਤੇ, ਰੱਬ ਨੇ ਫਾਦਰ ਸਾਹਿਬ ਨੂੰ ਇੱਦਾਂ ਸਿੱਖ ਕਰਤਾ ਸੇਮ ਉਸੇ ਸਥਿਤੀ ਦੇ ਵਿੱਚ ਜਿਹੜੀ ਜਿਹੜੀ ਜਿੱਦਾਂ ਮੰਮੀ ਸੀ ਉੱਦਾਂ ਹੀ ਸੇਮ, ਮਤਲਬ ਵੀ ਮੇਰੇ ਮੰਮੀ ਦੀ ਏਜ 58 ਈਅਰ ਸੀ, 58 ਸਾਲ ਸੀ, ਅਤੇ ਸੇਮ ਉਸੇ ਸਥਿਤੀ 'ਚ ਡੈਡੀ ਨੂੰ ਜਿੱਦਾਂ ਮੰਮੀ ਨੂੰ ਸਟਮਿਕ ਕੈਂਸਰ ਹੋਇਆ ਅਤੇ ਫਾਦਰ ਸਾਹਿਬ ਨੂੰ ਵੀ ਇੱਦਾਂ ਹੀ ਹੋ ਗਿਆ। ਪ੍ਰੋਪਰ ਗੁੱਡ ਇੰਨਾ ਕੁ ਉਹਨਾਂ ਦੀ ਸਿਹਤ ਵਧੀਆ, ਇੰਨਾ ਕੁ ਵਧੀਆ ਟਾਈਮ ਫੈਮਿਲੀ ਦਾ, ਅਤੇ ਉਹਦੇ ਵਿੱਚ ਕੀ ਹੋਇਆ ਵੀ ਤੁਰੇ ਫਿਰਦੇ ਆ ਬੜੇ ਸੋਹਣੇ ਆ, ਅਤੇ ਡਾਕਟਰ ਸਾਨੂੰ ਇਹ ਕਹਿ ਰਿਹਾ ਵੀ ਵੀ ਬਸ ਦਿਨਾਂ ਦੀ ਗੱਲ ਆ ਹੁਣ। ਮਤਲਬ ਇਹੋ ਜਿਹੀ ਸਥਿਤੀ ਦੇ ਵਿੱਚ ਮੈਂ, ਮੈਨੂੰ ਇੱਦਾਂ ਲੱਗਦਾ ਵੀ ਮੈਂ ਉਹਨਾਂ ਬੰਦਿਆਂ 'ਚੋਂ ਸੀਗਾ ਵੀ ਮੈਂ ਤਾਂ ਹੱਸ ਖੇਡ ਕੇ ਗਾਉਣ ਵਾਲਾ ਬੰਦਾ ਸੀ, ਮੈਂ ਕਦੀ ਆਪਣੇ ਆਪ ਨੂੰ ਸਿੰਗਰ ਨਹੀਂ ਸਮਝਿਆ, ਮੈਂ ਪਰਫੋਰਮਰ ਸਮਝਿਆ, ਲੋਕਾਂ ਦਾ ਪਿਆਰ ਮਿਲਦਾ ਸੀ, ਤੁਰੇ ਫਿਰਦੇ ਸੀ। ਪਰ ਉਹ ਫਾਦਰ, ਉਹ ਪਿਤਾ ਜਿਹਨੇ ਮੇਰੀ ਬੈਕ 'ਤੇ ਇੰਨੀ ਕੁ, ਹਰ ਇੱਕ ਮਾਪੇ ਚਾਹੁੰਦਾ ਵੀ ਉਹਨਾਂ ਦਾ ਪੁੱਤ ਕਾਮਯਾਬ ਹੋਵੇ, ਹਰ ਇੱਕ ਮਾਪੇ ਚਾਹੁੰਦਾ, ਚਾਹੇ ਉਹ ਚੰਗਾ ਆ ਪੁੱਤ, ਚਾਹੇ ਮਾੜਾ ਆ ਧੀ ਪੁੱਤ, ਪਰ ਮਾਪੇ ਦੀ ਇਹੀ ਇੱਛਾ ਹੁੰਦੀ ਹੈ ਵੀ ਉਹ ਕਾਮਯਾਬ ਹੋਵੇ। ਬਟ ਮੇਰੇ ਫਾਦਰ ਸਾਹਿਬ ਨੇ, ਵੱਡੇ ਭਰਾ ਨੇ, ਨਾਲ ਦੇ ਭੈਣਾਂ ਭਰਾਵਾਂ ਨੇ ਇੰਨੀ ਕੁ ਸਪੋਰਟ ਕੀਤੀ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਕਦੋਂ ਜੱਸੀ ਸੋਹਲ ਬਣਿਆ। ਉਹ ਫਾਦਰ ਤੁਹਾਡੇ ਕੋਲ, ਤੁਹਾਡੇ ਅੱਖਾਂ ਮੂਹਰੇ 24 ਘੰਟੇ ਰੜਕ ਰਿਹਾ ਆ ਵੀ ਇੱਕ ਜਿਹਨੂੰ ਆਪਾਂ ਰੀਅਲ ਵਿੱਚ ਘੈਂਟ ਇਨਸਾਨ ਕਹਿੰਦੇ ਹਨ, ਉਹ ਬੰਦਾ ਤੁਸੀਂ ਇੱਦਾਂ ਹਿਸਾਬ ਲਾ ਲਓ ਵੀ ਅਸੀਂ, ਮੈਂ ਆਪਣੇ ਫਾਦਰ ਸਾਹਿਬ ਦਾ ਆਪਣੇ ਹੱਥਾਂ ਦੇ ਵਿੱਚ ਨਾ ਪਾਈਆ ਪਾਈਆ ਭਾਰ ਘਟਾਇਆ ਜ਼ਿੰਦਗੀ ਦੇ ਵਿੱਚ ਵੀ 70-80 ਕੇਜੀ ਦਾ ਬੰਦਾ ਜਿਹੜਾ ਵੀ ਮੈਂ 35-40 ਕਿਲੋ ਦਾ ਕਰਕੇ ਇੱਥੋਂ ਤੋਰਿਆ ਇੱਕ ਸਾਲ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਪਾਵੇ 'ਤੇ ਬੈਠ ਬੈਠ ਕੇ ਮੁੱਠ। ਮਤਲਬ ਵੀ ਐਵਰੀ ਡੇ ਮੈਂ ਕਦੀ ਇਹ ਗੱਲਾਂ ਕਦੀ ਨਹੀਂ ਮੀਡੀਆ 'ਚ ਲੈ ਕੇ ਆਇਆ, ਤੁਹਾਡੇ ਨਾਲ ਪਿਆਰ ਆ ਆਪਾਂ ਅੱਜ, ਚਲੋ ਜੇ ਗੱਲ ਤੁਰੀ ਵੀ ਉੱਥੇ ਕੋਈ ਦਰਸ਼ਕ ਵੀ ਆਪਣੇ ਆ ਸਾਰੇ, ਉਹਨਾਂ ਨੂੰ ਸਾਨੂੰ ਬਹੁਤ ਸਾਰੇ ਇਹੋ ਜਿਹੇ ਕਮੈਂਟ ਆਉਂਦੇ ਆ, ਕੁਐਸਚਨ ਆਉਂਦੇ ਆ ਵੀ ਗਾਣੇ ਨਹੀਂ ਆਉਂਦੇ, ਕੀ ਨਹੀਂ ਆਉਂਦੇ, ਪਰ ਗਾਣਾ ਕਰਨ ਦੀ ਹਿੰਮਤ ਦੂਰ ਦੀ ਗੱਲ, ਮੈਂ ਕਦੀ ਮੈਨੂੰ ਇਹ ਨਹੀਂ ਪਤਾ ਸੀ ਮੇਰਾ ਵਾਜਾ ਕਿੱਥੇ ਪਿਆ। ਮਤਲਬ ਇੱਦਾਂ ਦਾ, ਮਤਲਬ ਇੱਦਾਂ ਦਾ ਹਾਲ ਸੀ ਵੀ ਵੀ ਲੋਕ ਕਹਿੰਦੇ ਸੋਸ਼ਲ ਮੀਡੀਆ 'ਤੇ ਨਹੀਂ ਕੁਛ ਪਾਉਂਦੇ, ਮੈਂ ਇੱਕ ਸਾਲ DMC ਹੋਸਪਿਟਲ ਰਿਹਾ ਡੈਡੀ ਨੂੰ ਲੈ ਕੇ, ਹੈ ਨਾ। ਮੈਂ ਚਲੋ ਇੱਥੇ ਸਪੈਸ਼ਲੀ ਜ਼ਿਕਰ ਕਰਨਾ ਚਾਹੁੰਦਾ ਸਟਾਫ ਦਾ, ਡਾਕਟਰਾਂ ਦਾ, ਉਹਨਾਂ ਨੇ ਜਿੰਨੀ ਮੇਰੀ ਹੈਲਪ ਕੀਤੀ ਉੱਥੇ ਵੀ, ਜਿੰਨਾ ਸਾਨੂੰ ਉਹਨਾਂ ਨੇ ਟ੍ਰੀਟਮੈਂਟ ਦਿੱਤਾ, ਪਰ ਉਹ ਸਾਰੀ ਚੀਜ਼ ਨੇ ਹੈ ਨਾ ਇੰਨਾ ਕੁ ਝੰਝੋੜ ਦਿੱਤਾ, ਹੈ ਨਾ ਇੰਨਾ ਕੁ ਝੰਝੋੜ ਦਿੱਤਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਵੀ ਇੱਕਦਮ ਜਿਹੜੀਆਂ ਸੱਟਾਂ ਲੱਗੀਆਂ। ਜਦੋਂ ਤੁਸੀਂ ਮਾਪੇ ਨੂੰ, ਸਾਰੇ ਕਰਦੇ ਆ ਮਾਪੇ ਨੂੰ ਪਿਆਰ, ਬਟ ਮੈਨੂੰ ਇੱਦਾਂ ਲੱਗਦਾ ਵੀ ਸਿੰਗਿੰਗ ਕਰਨੀ ਉਹ ਪਤਾ ਨਹੀਂ ਕਿੱਦਾਂ ਕਰਦੇ ਹੋਣਗੇ ਜੇ ਤੁਹਾਡੇ ਘਰ ਦੇ ਵਿੱਚ ਇਹੋ ਜਿਹੀਆਂ ਪ੍ਰੋਬਲਮ, ਮੇਰੇ ਤੋਂ ਕਰ ਨਹੀਂ ਹੋਈ। ਬਿਲਕੁਲ ਸਹੀ, ਜਿਹੜੀ ਸਭ ਤੋਂ ਗੱਲ ਸੀ ਵੀ ਮੇਰੇ ਤੋਂ ਨਹੀਂ ਕਰ ਹੋਈ, ਮੈਂ ਕਰ ਨਹੀਂ ਸਕਿਆ। ਮੈਨੂੰ ਕਹਿੰਦੇ ਹੁੰਦੇ ਸੀ ਵੀ ਨਹੀਂ ਤੂੰ ਕਰ, ਤੇਰਾ ਕੰਮ ਆ, ਲੇਟ ਹੋਈ ਜਾਣੇ, ਹਿੰਮਤੀ ਨਹੀਂ ਪਈ, ਇਹੋ ਜਿਹੇ ਪੁੱਤ ਰੱਬ ਸਾਰੇ, ਹਿੰਮਤੀ ਨਹੀਂ ਪਈ। ਮਤਲਬ ਐਵਰੀ ਡੇ, ਮਤਲਬ ਇੱਥੋਂ ਦੇ ਇੱਥੋਂ ਤੱਕ ਵੀ ਮੈਂ ਦੱਸਦਾ ਵੀ ਫਾਦਰ ਸਾਹਿਬ ਮੰਜੇ 'ਤੇ ਪੈ ਕੇ ਵੀ ਇਹ ਗੱਲ ਕਹਿੰਦੇ ਸੀ ਯਾਰ ਤੂੰ ਕਰ, ਗੈਪ ਪਈ ਜਾਂਦਾ ਕਰ, ਕੋਈ ਚੱਕਰ ਨਹੀਂ। ਪਰ ਤੁਹਾਨੂੰ ਪਤਾ ਹੋਵੇ ਵੀ ਯਾਰ ਤੁਹਾਡੇ ਪੇ ਨੇ, ਤੁਹਾਡੇ ਕੋਲੋਂ ਅੱਖਾਂ ਮੀਟ ਲੱਗ ਜਾਣਾ, ਬਿਲਕੁਲ, ਹੈ ਨਾ। ਉਹਦੇ ਵਿੱਚ ਮੈਨੂੰ ਮੈਨੂੰ ਨਹੀਂ ਪਤਾ ਲੱਗਾ ਉਹ ਟਾਈਮ, ਸਾਡੀ ਇੰਨੀ ਕੁ, ਚਲੋ ਤੁਸੀਂ ਤਾਂ ਜਾਣਦੇ ਆ, ਇੰਨੀ ਕੁ ਵਧੀਆ ਫੈਮਿਲੀ, ਕਦੀ ਟੈਨਸ਼ਨ ਨਹੀਂ, ਹੱਸਮੁੱਖ 24 ਘੰਟੇ ਇੱਦਾਂ ਦਾ, ਸਾਰਾ ਸਾਡੇ ਭੈਣਾਂ ਭਰਾਵਾਂ ਦਾ ਇੱਦਾਂ ਦਾ ਪਿਆਰ ਵੀ ਹੈ। ਕਿਸਮ ਦਾ ਦੁੱਖ ਸੁੱਖ ਤਾਂ ਬਦਲਣਾ ਦੂਰ ਦੀ ਗੱਲ, ਕਿਸਮਤਾਂ ਬਦਲਣ ਵਾਲੀ ਗੱਲ ਹੈ ਇੱਕ ਦੂਸਰੇ ਨਾਲ। ਸਹੀ ਵੀ ਕਦੀ ਮੈਨੂੰ ਨਹੀਂ ਪਤਾ ਲੱਗਾ ਸਾਡੇ ਘਰ 'ਚ ਕਿੱਥੋਂ ਪੈਸਾ ਆਉਂਦਾ, ਕਿੱਥੇ ਜਾਂਦਾ, ਮੈਂ ਕਦੀ ਆਪਣੀ ਅੱਜ ਤੱਕ ਜੇਬ 'ਚ ਪਰਸ ਨਹੀਂ ਰੱਖਿਆ। ਮਤਲਬ ਇੱਦਾਂ ਦਾ ਹਾਲ ਆ ਵੀ, ਪਰ ਇੱਕ ਪਹਾੜ ਡਿੱਗਣ ਵਾਲੀ ਗੱਲ ਆ। ਮੇਰੇ ਸਰਕਲ ਨੂੰ ਪਤਾ, ਪੇਂਡੂ ਨੂੰ ਪਤਾ, ਰਿਸ਼ਤੇਦਾਰਾਂ ਨੂੰ ਪਤਾ, ਯਾਰਾਂ ਦੋਸਤਾਂ ਨੂੰ ਪਤਾ ਕਿਹੜੇ ਦੌਰ 'ਚੋਂ ਨਿਕਲੇ ਹਾਂ। ਅੱਜ ਜੇ ਦੋਹਰੀ ਵਾਰੀ ਜੱਸੀ ਸੋਹਲ ਸ਼ੁਰੂ ਹੋਇਆ ਤਾਂ ਅੱਜ ਵੀ ਉਸ ਫਾਦਰ ਸਾਹਿਬ ਦੀ ਕਰਕੇ ਬਦੌਲਤ ਹੋ ਰਿਹਾ, ਦੋਹਰੀ ਵਾਰੀ ਗਾਣੇ ਕਰ ਰਿਹਾ, ਲਾਸਟ ਟਾਈਮਾਂ ਦੇ ਉੱਤੇ ਹੋਸਪਿਟਲ 'ਚ ਪਏ ਆ, ਪਤਾ ਆ ਵੀ ਹੁਣ 2 ਦਿਨ ਆ, ਡਾਕਟਰਾਂ ਨੇ ਜਵਾਬ ਦਿੱਤਾ ਆ ਘਰ ਲੈ ਜਾਓ, ਸੇਵਾ ਕਰ ਲਓ। ਚਲੋ ਡਾਕਟਰਾਂ ਨੇ ਕਿਹਾ ਵੀ ਸੇਵਾ ਵਾਲੀ ਤਾਂ
ਵੀ ਹੁਣ ਹੋਰ ਇਦੂ ਵੱਧ ਕੀ ਸੇਵਾ ਹੋਣੀ, ਵੀ ਘਰ ਲਿਜਾ ਕੇ ਇਹ ਵੀ ਟ੍ਰੀਟਮੈਂਟ ਨਹੀਂ ਹੋਣਾ, ਵੀ ਉਹਨਾਂ ਨੇ ਸਾਨੂੰ ਬਹੁਤ ਵੀ ਸੀਰੀਅਸਲੀ ਲੈ ਕੇ ਸਾਨੂੰ ਉਹਨਾਂ ਨੇ ਰੂਮ ਵੱਖਰੇ ਦੇ ਦਿੱਤੇ ਵੀ ਤੁਸੀਂ ਬੈਠੋ, ਸੋਫੇ ਲਵਾ ਅਤੇ ਸਾਰਾ ਕੁਝ ਕਰ ਲਿਆ ਉਹਨਾਂ ਨੇ, ਜਿੰਨੀ ਕੇਅਰ ਕੀਤੀ ਹੈ ਨਾ ਮੇਰੇ, ਅੱਜ ਵੀ ਉਹ ਚੀਜ਼ਾਂ ਕੰਨਾਂ 'ਚ ਗੂੰਜਦੀਆਂ ਜਦੋਂ ਕਿਤੇ ਮੈਂ ਡੈੱਡ ਹੁੰਦਾ, ਮੇਰਾ ਮਨੋਬਲ ਥੱਲੇ ਡਿੱਗਦਾ, ਕਈ ਇੱਕ ਟਾਈਮ ਹੁੰਦਾ ਜਦੋਂ ਤੁਹਾਡੀ ਚੜ੍ਹਾਈ ਆ ਉਦੋਂ ਸਾਰੀ ਦੁਨੀਆ ਤੁਹਾਡੇ ਪਿੱਛੇ ਪਿੱਛੇ ਫਿਰਦੀ ਇੰਡਸਟਰੀ ਦੀ, ਜਦੋਂ ਤੁਸੀਂ ਥੋੜ੍ਹਾ ਡਾਊਨ 'ਚ ਜਾਂਦੇ ਆ ਉਦੋਂ ਬਹੁਤ ਸਾਰੇ ਇਹੋ ਜਿਹੇ ਬੰਦੇ ਹੁੰਦੇ ਆ, ਅੱਜ ਦਾ ਟਾਈਮ ਫੋਨਾਂ ਦਾ ਰਹਿ ਗਿਆ ਵੀ ਫੋਨ ਚੱਕਣੋਂ ਵੀ ਹਟਦੇ ਆ, ਪਰ ਮੈਂ ਵਾਹਿਗੁਰੂ ਦੀ ਇੰਨਾ ਕੁ ਪਹਿਲਾਂ ਵੀ ਗੱਲ ਕੀਤੀ ਟਹਿਣਾ ਸਾਹਿਬ ਨੇ, ਜਜ਼ਬਾ ਇੰਨਾ ਕੁ ਜ਼ਿਆਦਾ ਆ ਵੀ ਹੌਸਲਾ ਇੰਨਾ ਕੁ ਜ਼ਿਆਦਾ ਹੁੰਦਾ, ਕਦੀ ਆਪਾਂ ਇਹਨਾਂ ਚੀਜ਼ਾਂ ਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪਰ ਮੇਰੇ ਫਾਦਰ ਸਾਹਿਬ ਦੇ ਕਹਿ ਲਓ ਵੀ ਜਿੱਦਾਂ ਅੱਜ ਪੂਰੇ ਹੁੰਦੇ ਆ ਤਾਂ ਦੋ ਦਿਨ ਪਹਿਲਾਂ ਬੋਲਣੋਂ ਹਟ ਗਏ ਸੀ, ਅਤੇ ਲਾਸਟ ਜਿਹੜੀ ਆਵਾਜ਼ ਆ ਨਾ ਤੋਂ ਮੇਰੇ ਵੱਡੇ ਭਰਾ ਨੂੰ ਕੀ ਕਹਿ ਰਿਹਾ ਸੀ, ਉਹ ਕਹਿ ਰਿਹਾ ਸੀ ਵੀ ਜਿਹੜੀ ਚੀਜ਼ ਇੱਥੇ ਆ ਕੇ ਟ੍ਰੀਟਮੈਂਟ ਦੀ ਮਿਲੀ ਆ ਨਾ, ਵੀ ਇੱਕ ਵਾਰੀ ਜੱਸੀ ਸੋਲ ਫਿਰ ਬਣਾਉਣਾ, ਉਹ ਚੀਜ਼ਾਂ ਮੇਰੇ ਇੱਦਾਂ ਕੰਨਾਂ 'ਚ ਗੂੰਜਦੀਆਂ ਹਨ ਵੀ ਅਸੀਂ ਦੋਨੇ ਭਰਾ ਫੜ ਕੇ ਖੜ੍ਹੇ ਹਾਂ, ਇੱਕ ਬਾਂਹ ਉੱਧਰੋਂ ਇੱਕ ਬਾਂਹ ਉੱਧਰੋਂ ਮੈਂ ਗੱਲਾਂ ਕਰ ਰਿਹਾ ਵੀ ਤੂੰ ਸਟਰੋਂਗ ਆ ਡੈਡੀ, ਇੱਦਾਂ ਆ ਹੁਣ ਤੁਸੀਂ ਚੱਲੇ ਜਾਣਾ, ਮਤਲਬ ਵੀ ਆਹ ਜ਼ਿੰਦਗੀ 'ਚ ਕੀਤਾ, ਮੇਰੀ ਫੈਮਿਲੀ ਦੇ ਵਿੱਚ ਹੀ ਆ ਇਹ ਵੀ ਏਜ ਬਹੁਤ ਥੋੜ੍ਹੀ ਲਿਖਾ ਕੇ ਆਉਂਦੇ ਸੀ ਸਾਰੇ, ਮੇਰਾ ਚਾਚਾ 48 ਸਾਲਾਂ ਦਾ ਪੂਰਾ ਹੋ ਗਿਆ ਜੀ, ਤਾਇਆ 43 ਸਾਲਾਂ ਦਾ ਪੂਰਾ ਹੋ ਗਿਆ ਜੀ, ਮੰਮੀ 58 ਸਾਲਾਂ ਦੀ ਪੂਰੀ ਹੋ ਗਈ, ਡੈਡੀ 65 ਸਾਲਾਂ ਦਾ ਪੂਰਾ ਹੋ ਗਿਆ ਹੈ ਨਾ, ਉਹਨਾਂ ਉਹ ਗੱਲਾਂ ਕਰ ਰਹੇ ਹਾਂ, ਉਹਦੀ ਕਾਮਯਾਬੀ ਦੀਆਂ ਗੱਲਾਂ ਕਰ ਰਹੇ ਹਾਂ, ਐਜ਼ ਏ ਜੀਨੀਅਸ ਪੀਪਲ ਸੀ ਉਹ ਹੈ ਨਾ, ਉਹ ਗੱਲਾਂ ਕਰ ਰਹੇ ਹਾਂ, ਅਤੇ ਜੋ ਪਤਾ ਦੱਸਤਾ ਮੈਂ ਕਿਹਾ ਵੀ ਹੁਣ ਬਸ ਡਾਕਟਰ ਕਹਿੰਦੇ ਵੇਖ ਦੋ, ਮੈਂ ਉਹਨੂੰ ਹੱਥ ਫੜਿਆ ਆ, ਮੇਰਾ ਬ੍ਰਦਰ ਮੈਨੂੰ ਗੱਲਾਂ ਨਹੀਂ ਕਰਨ ਦੇ ਰਿਹਾ, ਵੱਡਾ ਬਿਗ ਮੇਰੇ ਤੋਂ ਵੱਡਾ ਜਿਹੜਾ ਇੰਗਲੈਂਡ ਦੇ ਵਿੱਚ, ਕਹਿੰਦਾ ਨਹੀਂ ਤੂੰ ਨਾ ਕਰ ਵੀ ਦੁਖੀ, ਅਤੇ ਉਹ ਮੈਨੂੰ ਉਦੋਂ ਵੀ ਮੈਂ ਉਹਨਾਂ ਨੇ ਇਹ ਗੱਲਾਂ ਕਰਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਹੁਣ ਤੁਸੀਂ ਚਲੇ ਜਾਣਾ, ਸਾਡਾ ਫਿਕਰ ਨਾ ਕਰਿਓ, ਅਸੀਂ ਇੱਦਾਂ ਰਵਾਂਗੇ, ਮੈਂ ਕਿਹਾ ਵੀ ਮੈਨੂੰ ਹੈ ਨਾ ਇੱਕ ਵਾਰੀ ਹੱਸ ਕੇ ਦਿਖਾ ਦਿਓ, ਉਹਨੂੰ ਬੰਦੇ ਨੂੰ ਪਤਾ ਵੀ ਮੈਂ ਕੱਲ੍ਹ ਨੂੰ ਚੱਲ ਜਾਣਾ, ਉਹ ਬੰਦਾ ਮੈਨੂੰ ਤਾਂ ਵੀ ਹੱਸ ਕੇ ਦਿਖਾ ਰਿਹਾ, ਪਰ ਮੈਂ ਜਾਣਾ ਸਾਰੀ ਦੁਨੀਆ ਨੇ, ਪਰ ਵਾਹਿਗੁਰੂ ਕਰੇ ਕਿ ਕਿਸੇ ਦੇ ਵੀ ਥੈਂਕ ਯੂ ਮਾਪੇ ਨਾਲ ਇੱਦਾਂ ਨਾ ਹੋਵੇ ਜਿੱਦਾਂ ਮੇਰੇ ਨਾਲ ਹੋਈ, ਰੱਬ ਦੁੱਖ ਵੀ ਆਉਣੇ ਹੁੰਦੇ ਆ, ਸਾਰਾ ਕੁਛ ਆਉਣਾ ਹੁੰਦਾ, ਖੈਰ ਕਾਫੀ ਟੁੱਟੇ ਸੀ ਆਪਾਂ ਗੱਲ ਕੀਤੀ ਤੁਸੀਂ ਤੋਰੀ, ਮੈਂ ਅੱਜ ਤੱਕ ਨਹੀਂ ਪਤਾ ਭਾਅ ਜੀ ਨੂੰ, ਅਸੀਂ ਅੱਗੇ ਵੀ ਅੱਜ ਤੱਕ ਇਹਨਾਂ ਨੇ ਹੁਣ ਤੱਕ ਲਿਖਿਆ, ਇਹਨਾਂ ਨੇ ਸਾਰੇ ਪਾਸੇ ਕੀਤਾ, ਅੱਜ ਤੱਕ ਕਦੀ ਇਹੋ ਜਿਹੀ ਗੱਲ ਨਹੀਂ ਸ਼ੇਅਰ ਕੀਤੀ ਆਪਾਂ ਕਿਸੇ ਨਾਲ ਵੀ, ਕਰਕੇ ਹਰ ਇੱਕ ਲੋਕ ਜੇ ਮੈਨੂੰ ਜਾਣਦੇ ਆ ਤਾਂ ਉਹ ਮੇਰੇ ਕੰਮ ਦੇ ਨਾਲ ਜਾਣਦੇ, ਤੁਹਾਡੇ ਕਰਮ ਦੇ ਨਾਲ ਜਾਣਿਆ ਜਾਂਦਾ ਤੁਹਾਨੂੰ ਦੁਨੀਆਂ ਦੇ ਵਿੱਚ, ਤੁਸੀਂ ਕੰਮ ਕੀ ਕਰਦੇ ਆ, ਕਰਕੇ ਹਰ ਇੱਕ ਨੂੰ ਤੁਹਾਡੀ ਇਸ ਲਾਈਫ ਨਾਲ ਨਹੀਂ ਹੁੰਦਾ, ਲੋਕਾਂ ਨੂੰ ਇਹ ਵੀ ਇਹਦੇ ਗਾਣੇ ਆਉਂਦੇ ਆ, ਅਤੇ ਜੇ ਆਜੂਗਾ ਗਾਣਾ ਵਧੀਆ ਹੋਇਆ ਠੀਕ ਆ, ਪਰ ਸਾਰੇ ਕਹਿੰਦੇ, ਕੋਈ ਕਹਿੰਦਾ ਵੀ ਲੈ ਠੁੱਸ ਹੋ ਗਿਆ ਹੁਣ, ਕੋਈ ਕਹਿੰਦਾ ਤੇਰਾ ਟਾਈਮ ਨਹੀਂ ਰਿਹਾ ਹੁਣ, ਬਟ ਉਹਦੇ ਪਿੱਛੇ ਕੀ ਹੁੰਦਾ ਇਹ ਤੁਹਾਡੇ ਆਪਣੇ ਹੀ ਜਾਣਦੇ ਹੁੰਦੇ ਆ, ਬਾਕੀ ਜਿਹੜੀਆਂ ਠੁੱਸ ਠੱਸ ਹੋਣ ਵਾਲੀਆਂ ਗੱਲਾਂ ਹੁੰਦੀਆਂ ਜਾਂ ਕੁਛ ਵੀ ਹੁੰਦਾ, ਟਾਈਮ ਹੁੰਦਾ ਆਉਂਦਾ ਜਾਂਦਾ ਰਹਿੰਦਾ ਉੱਥੇ ਥੱਲੇ, ਉਹ ਕੋਈ ਬਿਗ ਡੀਲ 'ਚ ਨਹੀਂ ਆਉਂਦਾ, ਬਹੁਤ ਛੋਟੀਆਂ ਗੱਲਾਂ ਹੁੰਦੀਆਂ, ਸਰੋਤੇ ਹੀ ਆ ਜਿਹੜੇ ਤੁਹਾਨੂੰ ਅਰਸ਼ਾਂ 'ਤੇ ਲੈ ਜਾਂਦੇ ਆ, ਸਰੋਤੇ ਆ ਜਿਹੜੇ ਤੁਹਾਨੂੰ ਫਰਸ਼ 'ਤੇ ਲਿਆਉਂਦੇ ਆ, ਤੁਸੀਂ ਕੰਮ ਜੇ ਆਪਣੀ ਇਮਾਨਦਾਰੀ ਨਾਲ ਕਰਦੇ ਆ ਤਾਂ ਰੱਬ ਤੁਹਾਨੂੰ ਭਾਗ ਲਾਉਂਦਾ ਹੀ ਲਾਉਂਦਾ ਆ, ਇੰਨੀ ਚੀਜ਼ ਕੁੱਟ ਕੁੱਟ ਕੇ ਭਰੀ ਆ ਕਿ ਕੰਮ ਆਪਾਂ ਇਮਾਨਦਾਰੀ ਨਾਲ ਕਰਦੇ ਹਾਂ ਆਪਾਂ ਫਿਰ ਪਹਿਲਾਂ ਵਾਂਗੂ ਰੱਬ ਦੀ ਕਿਰਪਾ ਨਾਲ ਵਧੀਆ ਕਰਾਂਗੇ। ਸੋਰੀ ਮੈਂ ਨਹੀਂ ਨਹੀਂ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਪਲ ਪਲ ਨੂੰ ਕਦੀ ਨਹੀਂ ਮੈਂ ਕੀਤੀ ਗੱਲ ਹਰਮਨ ਜੀ, ਚਲੋ ਸਾਡਾ ਤਾਂ ਪਰਸਨਲੀ ਹੋਇਆ, ਪਹਿਲੋਂ ਟਿਣਾ ਸਾਹਿਬ ਦੇ ਫਾਦਰ ਸਾਹਿਬ ਹੱਥੀਂ ਤੋਰੇ ਰਹੇ ਸੀ, ਬਾਅਦ 'ਚ ਮੇਰੇ ਨਾਲ ਜਿੱਦਾਂ ਜਿੱਦਾਂ ਹੋਈ ਸਾਰਾ ਕੁਛ, ਕਦੀ ਮੈਂ ਭਾਅ ਜੀ ਮੈਨੂੰ ਕਹਿੰਦਾ ਹੁੰਦਾ ਸੀ ਆਪਾਂ ਸਰੋਤਿਆਂ ਨੂੰ ਦੱਸੀਏ ਵੀ ਸਾਰੇ ਸੋਚਦੇ ਇੱਦਾਂ, ਮੇਰੀ ਪਰਸਨਲੀ ਸੀ, ਮੈਂ ਕਿਹਾ ਨਹੀਂ ਭਾਅ ਜੀ ਵੀ ਹਰ ਕੋਈ ਤੁਹਾਡੀ ਇਹਨਾਂ ਫੀਲਿੰਗਸ ਨਾਲ ਨਹੀਂ ਜੁੜਿਆ ਹੁੰਦਾ। ਨਹੀਂ ਪਰ ਅੱਜ ਬਹੁਤਿਆਂ ਨੂੰ ਇਹ ਜਵਾਬ ਨਹੀਂ ਹੋਵੇਗਾ ਕਿ ਜੱਸੀ ਸੋਲ ਕਿੱਥੇ ਗਿਆ ਸੀ। ਹਾਂ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ। ਰੀਅਲ ਟੀਵੀ ਚੈਨਲ ਨੰਬਰ 160 ਐਂਡ 361, ਲਾਈਵ ਟੀਵੀ ਚੈਨਲ ਨੰਬਰ 225, ਕਰੂਜ਼ ਟੀਵੀ ਚੈਨਲ ਨੰਬਰ 111, ਸ਼ਾਵਾ ਟੀਵੀ ਚੈਨਲ ਨੰਬਰ 399। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੇ ਸਭ ਤੋਂ ਜ਼ਰੂਰੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ।
ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਹਾਜ਼ਰ ਹੈ ਜੱਜ ਦਾ ਵਿਚਾਰ। ਜੱਸੀ ਬਾਈ ਜੀ ਬਹੁਤ ਮਨ ਦੁਖੀ ਆ ਕਿਉਂਕਿ ਆਪਾਂ ਦੋਵਾਂ ਨੇ ਜੋ ਜੋ ਕੁਝ ਹੰਡਾਇਆ ਇਸ ਮਾਮਲੇ 'ਚ ਉਹਦੇ ਲਈ ਸ਼ਬਦ ਆ ਜਿਹੜੇ ਨਾ ਉਹ ਲੱਭਦੇ ਨਹੀਂ ਵੀ ਅਸੀਂ ਕੀ ਕਹੀਏ ਅਤੇ ਕੀ ਨਾ ਕਹੀਏ। ਪਰ ਫਿਰ ਵੀ ਮੈਂ ਜਿਵੇਂ ਪਹਿਲਾਂ ਗੱਲ ਕਹੀ ਸੀ ਤੁਹਾਡੇ ਜਜ਼ਬੇ ਨੂੰ ਸਲਾਮ ਆ, ਅਸੀਂ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਆ ਜਿਹੜੀ ਤੁਸੀਂ ਗੱਲ ਕਹੀ ਆ ਨਾ ਕਿ ਕਈ ਕਹਿੰਦੇ ਠੁੱਸ ਹੋ ਗਏ, ਚੁੱਪ ਹੋ ਗਏ, ਖਤਮ ਹੋ ਗਏ, ਦੌਰ ਗਿਆ, ਇਹ ਦੌਰ ਸਭ ਦਾ ਚਲਾ ਜਾਂਦਾ ਅਸਲ ਦੇ ਵਿੱਚ ਜਦੋਂ ਤੁਹਾਡੇ ਉੱਤੇ ਬਹੁਤ ਵੱਡੇ ਕੋਈ ਸੰਕਟ ਆ ਜਾਂਦਾ। ਨਹੀਂ ਪਰ ਸਭ ਤੋਂ ਪਹਿਲਾਂ ਮੈਂ ਇਹ ਚੀਜ਼ ਜ਼ਰੂਰ ਮੈਂਸ਼ਨ ਕਰਨਾ ਚਾਹੂੰਗੀ ਵੀ ਮੈਂ ਤੁਹਾਡੀ ਦੋਵਾਂ ਦੀ ਹਿੰਮਤ ਦੀ ਦਾਤ ਦਿੰਦੀ ਹਾਂ ਵੀ ਇਹੋ ਜਿਹੇ ਪੁੱਤ ਮਾਂ ਪਿਓ ਨੂੰ ਮਿਲੇ, ਕਿਉਂਕਿ ਇਹੋ ਜਿਹੇ ਪੁੱਤ ਹਰੇਕ ਮਾਂ ਪਿਓ ਨੂੰ ਨਹੀਂ ਮਿਲਦੇ। ਜੇ ਮਿਲਦੇ ਹੋਣ ਤਾਂ ਅੱਜ ਮੁਲਕ ਦੇ ਵਿੱਚ ਕੋਈ ਵੀ ਓਲਡ ਏਜ ਹੋਮਸ ਨਾ ਹੋਣ। ਸੋ ਆਪਣੇ ਮਾਂ ਬਾਪ ਦੀ ਜ਼ਰੂਰ ਕਦਰ ਕਰਿਆ ਕਰੋ, ਕਿਉਂਕਿ ਉਹਨਾਂ ਤੋਂ ਵੱਡਾ ਖਜ਼ਾਨਾ ਮੈਨੂੰ ਲੱਗਦਾ ਹੋਰ ਕੋਈ ਨਹੀਂ ਆ ਦੁਨੀਆਂ ਦੇ ਵਿੱਚ ਜਿੰਨੀ ਦੇਰ ਉਹ ਤੁਹਾਡੇ ਕੋਲ ਹੈਗੇ ਨੇ, ਕਿਉਂਕਿ ਦੁਨੀਆਂ ਦਾ ਦਸਤੂਰ ਹੈ ਹਰੇਕ ਨੇ ਤੁਰ ਜਾਣਾ। ਹਰਮਨ ਜੀ ਗੁਰਦੁਆਰੇ ਮੰਦਿਰ ਹੈ ਨਾ ਬਹੁਤ ਪਿੱਛੇ ਰਹਿ ਜਾਂਦੇ ਇਹਨਾਂ ਚੀਜ਼, ਤੁਸੀਂ ਆਪਣੇ ਮਾਂ ਬਾਪ ਦੀ ਬਹੁਤ ਪਿੱਛੇ ਰਹਿ ਜਾਂਦੇ। ਬਿਲਕੁਲ, ਕਿਉਂਕਿ ਇਹ ਨਾ ਆਮ ਤੌਰ ਤੇ ਹੋ ਸਕਦਾ ਮੇਰੇ ਲਫ਼ਜ਼ ਕਿਸੇ ਨੂੰ ਕਰਖਤ ਲੱਗਣ, ਪਰ ਇਹ ਸੱਚ ਆ ਵੀ ਆਮ ਤੌਰ ਤੇ ਸਾਡੇ ਘਰਾਂ ਦੇ ਵਿੱਚ ਵਾਪਰਦਾ ਵੀ ਗੁਰਦੁਆਰਿਆਂ ਦੇ ਵਿੱਚ ਮੰਦਰ ਮਸੀਤਾਂ ਦੇ ਵਿੱਚ ਜਾ ਕੇ ਤਾਂ ਅਸੀਂ ਸੇਵਾ ਕਰਨ ਨੂੰ ਇੱਕ ਦੂਜੇ ਦੇ ਹੱਥੋਂ ਭਾਂਡੇ ਖੋਨੇ ਆ, ਇੱਕ ਦੂਜੇ ਨਾਲ ਲੜਦੇ ਹਾਂ, ਪਰ ਘਰਾਂ ਦੇ ਵਿੱਚ ਸਾਡੇ ਮਾਂ ਬਾਪ ਬਿਮਾਰ ਕਿਤੇ ਪਾਣੀ ਦੇ ਗਲਾਸ ਨੂੰ ਤਰਸ ਰਹੇ ਹੁੰਦੇ ਆ। ਸੋ ਜ਼ਰੂਰ ਆਪਣੇ ਮਾਂ ਬਾਪ ਦੀ ਪਹਿਲਾਂ ਸੇਵਾ ਕਰੋ, ਬਾਕੀ ਸਾਰੀਆਂ ਚੀਜ਼ਾਂ ਦੁਨੀਆਂ ਦੇ ਵਿੱਚ ਬਾਅਦ 'ਚ ਨੇ। ਆਪਾਂ ਹੁਣ ਥੋੜ੍ਹਾ ਜਿਹਾ ਗਮਗੀਨ ਮਾਹੌਲ ਆ ਇਹਨੂੰ ਥੋੜ੍ਹਾ ਤਬਦੀਲ ਕਰੀਏ। ਬਿਲਕੁਲ ਜਸੀ ਬਾਈ ਜੀ, ਹੁਣ ਤੁਸੀਂ ਫਿਰ ਪਰਵਾਜ਼ ਭਰੀ ਆ, ਤੁਹਾਡੇ ਗਾਣੇ ਆ ਜਿਹੜੇ ਕਈ ਤਿਆਰ ਹੈਗੇ ਆ ਜੀ, ਤੇ ਇੱਕ ਗਾਣਾ ਤੁਹਾਡਾ ਹੁਣੇ ਹੁਣੇ ਰਿਲੀਜ਼ ਹੋਇਆ ਸੋਨੇ ਦੀ ਜਿੰਦੀ ਜੀ। ਸੋਨੇ ਦੀ ਜਿੰਦੀ ਨਾਂ ਬੜਾ ਕਲਾਤਮਕ ਜਿਹਾ, ਬੜਾ ਸੱਭਿਅਕ ਜਿਹਾ ਨਾਂ, ਸਾਡੇ ਅਤੀਤ ਦੀ ਝਲਕਾਰੇ ਦੀ ਪੇਸ਼ਕਾਰੀ ਕਰਦਾ ਨਾ। ਹੁਣ ਜਿੰਦੇ ਕੁੰਡੇ ਇਹ ਸਾਰੀਆਂ ਗੱਲਾਂ ਅਲੋਪ ਹੁੰਦੀਆਂ ਜਾਂਦੀਆਂ, ਲੋਕ ਬਣ ਕੇ ਰਹਿ ਗਿਆ ਉਹ। ਇਹ ਨਾ ਸੋਨੇ ਦੀ ਜਿੰਦੀ ਜਦੋਂ ਮੈਂ ਸੁਣਿਆ ਹਨਾ, ਤਾਂ ਮੈਨੂੰ ਐਂ ਲੱਗਿਆ ਸੀ ਜਿੱਦਾਂ ਪੁਰਾਣੇ ਟਰੰਕ ਨੂੰ ਜਾਂ ਸੰਦੂਕਾਂ ਨੂੰ ਬੀਬੀਆਂ ਲਾਉਂਦੀਆਂ ਹੁੰਦੀਆਂ ਸੀ ਨਿੱਕੀਆਂ ਨਿੱਕੀਆਂ ਜਿੰਦੀਆਂ ਹਨਾ, ਸਭ ਤੋਂ ਪਹਿਲਾਂ ਉਹ ਚੀਜ਼ ਜ਼ਹਿਨ ਦੇ ਵਿੱਚ ਆਉਂਦੀ ਹੈ। ਤੁਸੀਂ ਪੋਸਟਰ ਦੇਖਿਆ ਗਾਣੇ ਦਾ? ਨਹੀਂ। ਪੋਸਟਰ ਦਿਖਾਉਣਾ ਆਪਾਂ ਇਹਨਾਂ ਨੂੰ ਪ੍ਰੋਗਰਾਮ ਤੋਂ ਬਾਅਦ। ਉਹਦੇ ਚੋਂ ਨਾ ਗੱਲ ਸਾਫ਼ ਹੋ ਜਾਂਦੀ ਹੈ ਵੀ ਕਿਸ ਤਰੀਕੇ ਦੇ ਨਾਲ ਸੋਨੇ ਦੀ ਜਿੰਦੀ ਆ, ਕਿਵੇਂ ਲੱਗੀ ਆ, ਤੇ ਕੋਲੇ ਖੜੇ ਜਿਹੜੇ ਪਾਤਰ ਆ ਉਹਨਾਂ ਦੇ ਚਿਹਰੇ ਦੇ ਕੀ ਹਾਵ ਭਾਵ ਹੈਗੇ ਆ। ਇਹ ਜਿਹੜੀ ਸੋਨੇ ਦੀ ਜਿੰਦੀ ਦੇ ਰਾਹੀਂ ਫਿਰ ਤੁਹਾਡੀ ਵਾਪਸੀ ਹੋ ਰਹੀ ਆ, ਮਨ ਦੇ ਵਿੱਚ ਕੀ ਕੀ ਵਲਵਲੇ ਆ? ਜਦੋਂ ਹਨਾ ਜਿੱਦਾਂ ਹੁਣੇ ਗੱਲ ਕੀਤੀ ਹਰਮਨ ਜੀ ਨੇ ਵੀ ਜਿੰਦੀ ਲੋਕ ਹਨਾ, ਜਦੋਂ ਆਪਾਂ ਇਸ ਗਾਣੇ ਦੇ ਟਾਈਟਲ ਨੂੰ ਸੋਚ ਰਿਹਾ ਸੀ ਵੀ ਆਹ ਰੱਖ ਲਈਏ ਉਹ ਰੱਖ ਲਈਏ, ਵਿੱਚ ਸਾਡੇ ਵੀ ਇੱਦਾਂ ਦੇ ਸੀਗੇ ਵੀ ਹਨਾ ਵੀ ਗੋਲਡ ਜ਼ਲੌਕ ਰੱਖ ਲਾ ਹਨਾ, ਵੀ ਇੱਦਾਂ ਦਾ ਵੀ ਅੱਜ ਕੱਲ੍ਹ ਚੱਲਦਾ ਆ ਜਾਂ ਕੁਛ ਵੀ ਹਨਾ। ਇੱਕ ਇਹ ਚੀਜ਼ ਬਹੁਤ ਮਾਰਦੀ ਆ ਆਪਾਂ ਨੂੰ ਵੀ ਅੱਜ ਕੱਲ੍ਹ ਆਹ ਚੱਲਦਾ, ਉਹਦੇ ਵਿੱਚ ਮੈਂ ਤਾਂ ਇਹ ਸਮਝੂੰਗਾ ਵੀ ਜਿਹੜੇ ਸਰੋਤੇ ਆ ਹਨਾ ਉਹਨਾਂ 'ਤੇ ਕੁਐਸਚਨ ਮਾਰਕ ਆ ਇਹ ਪ੍ਰਸ਼ਨ ਚਿੰਨ ਆ ਵੀ ਉਹ ਭੇਡ ਚਾਲ ਚਲਾਉਣ ਡੇ ਆ। ਬਿਲਕੁਲ ਸਹੀ ਆ ਜਿਹੜੀ ਵਿੱਚੋਂ ਗੱਲ ਹੈ ਹਨਾ। ਬਾਕੀ ਜੀ ਗੱਲ ਹਰ ਇੱਕ ਦੀ ਸੋਚ ਹੁੰਦੀ ਆ ਆਪੋ ਆਪਣੀ, ਨਾ ਚਾਹੁੰਦੇ ਹੋਏ ਵੀ ਸੋਚ ਜਾਂ ਇਹੋ ਜਿਹੀਆਂ ਕਿਤਾਬਾਂ ਜਾਂ ਇਹੋ ਜਿਹੇ ਭਰਾਵਾਂ ਦੀ ਵੱਡਿਆਂ ਦੀ ਸੰਗਤ ਕੀਤੀ ਹੋਈ ਆ ਵੀ ਕਦੀ ਵੀ ਉਦਾਂ ਦਾ ਗਾਉਣ ਵੱਲ ਨੂੰ ਕਦੀ ਜਾਂ ਉਹੋ ਜਿਹਾ ਵੈਸਟਰਨ ਵੱਲ ਨੂੰ ਧਿਆਨ ਹੀ ਨਹੀਂ ਜਾਂਦਾ। ਗਾਣੇ ਸਾਨੂੰ ਵੀ ਬਹੁਤ ਆਉਂਦੇ ਆ, ਸਾਨੂੰ ਵੀ ਪਤਾ ਆ ਵੀ ਯਾਰ ਅੱਜ ਆਹ ਟਾਈਮ ਆਇਆ ਸੀ, ਐਂ ਕਰ ਲਈਏ ਜਿਉਂ ਕਰ ਲਈਏ ਜਿੱਦਾਂ ਕਰ ਲਈਏ, ਪਰ ਵੀ ਖੋਵ ਨਹੀਂ ਸਕਦਾ ਮੈਨੂੰ ਲੱਗਦਾ ਵੀ ਹਰ ਇੱਕ ਦੇ। ਜੇ ਜੇ ਗੱਲ ਕਰੀਏ ਵੀ ਫੋਕ ਨਾ ਚੱਲੇ, ਇਹੋ ਜਿਹੇ ਵਰਡ ਨਾ ਚੱਲੇ, ਤੇ ਅੱਜ ਸਰਤਿੰਦਰ ਸਰਤਾਜ ਨਾ ਬਣਦਾ। ਨਹੀਂ ਬਿਲਕੁਲ ਠੀਕ ਕਹਿ ਰਹੇ ਹੋ, ਮੋਹਨ ਵਾਰਸੋਣੀ ਨਾ ਬਣਦਾ। ਕੀ ਬਾਤ, ਕਿੰਨਾ ਕਿਸ ਕਿਸ ਯੁੱਗ ਤੋਂ ਲੈ ਕੇ ਕੰਮ ਕਰਦੇ ਆ ਰਹੇ ਆ ਵੀ ਉਹਨਾਂ ਦੀ ਵੀ ਪਿੱਠ ਸੁਣਦੀ ਆ। ਆਪਾਂ ਹਮੇਸ਼ਾ ਪਹਿਲੋਂ ਵੀ ਗੱਲ ਕਰਦੇ ਸੀ ਮਨਮੋਹਨ ਭਾਜੀ ਤੇ ਕਮਲ ਭਾਜੀ ਬਾਰੇ, ਹਰਭਜਨ ਮਾਨ ਜੀ ਲਾ ਲਓ, ਮੇਰੇ ਖਿਆਲ ਸਭ ਤੋਂ ਜ਼ਿਆਦਾ ਸ਼ੋਅ ਇਹ ਬੰਦੇ ਕਰਨ ਡਏ ਆ। ਬਿਲਕੁਲ ਠੀਕ ਹੈ, ਮੈਂ ਉਹ ਕਹਿਣ ਲੱਗੀ ਸੀ ਕਿ ਜੇ ਹੁਣ ਹਰਭਜਨ ਮਾਨ ਇਹ ਕਹੇ ਵੀ ਮੈਂ ਤੈਨੂੰ ਚੱਕ ਲਊ, ਵੱਢ ਦਊ, ਮਾਰ ਦਊ, ਗੋਲੀਆਂ ਚਲਾ ਦਊ, ਜਾਂ ਜੱਸੀ ਸੋ ਲੈ ਦਵੇ, ਅਕਸ ਬਣ ਜਾਂਦਾ ਇੱਕ ਨਾ ਕਲਾਕਾਰ ਦਾ ਅਕਸ ਹੁੰਦਾ ਨਹੀਂ ਹਨਾ। ਤੇ ਸਭ ਤੋਂ ਵੱਡੀ ਚੀਜ਼ ਇਹ ਆ ਵੀ ਇਸ ਦੌਰ ਦੇ ਵਿੱਚ ਜਦੋਂ ਇਹ ਦੌਰ ਹੀ ਤੁਰ ਪਿਆ ਕਿ ਅਸੀਂ ਗੋਲੀਆਂ ਤੋਂ ਥੱਲੇ ਕੋਈ ਗੱਲ ਹੀ ਨਹੀਂ ਕਰਦੇ ਹੈਗੇ, ਗ੍ਰੇਨੇਡ ਤਾਂ ਸਾਡੇ ਹੱਥਾਂ ਦੇ ਵਿੱਚ ਹੀ ਫੜੇ ਹੋਏ ਆ। ਹਰਮਨ ਜੀ ਮੈਨੂੰ ਕੱਲ ਫੋਨ ਆਇਆ ਇੱਕ ਰਾਈਟਰ ਦਾ ਬਹੁਤ ਵਧੀਆ ਨਾਮਵਰ ਰਾਈਟਰ, ਤੇ ਉਹ ਮੈਨੂੰ ਗਾਣਾ ਇੱਦਾਂ ਦਾ ਸੁਣਾਉਣ ਡਿਆ ਵੀ ਭਾਜੀ ਇੱਦਾਂ ਦੇ ਚੱਲਦੇ ਆ, ਇਹ ਇੱਦਾਂ ਦਾ ਗਾਣਾ ਕਰਦੇ ਆ। ਮੈਂ ਉਹੀ ਕਹਿਣ ਲੱਗੀ ਸੀ ਵੀ ਇਸ ਦੌਰ ਦੇ ਵਿੱਚ ਜੱਸੀ ਸੋਹ ਲੈ ਕੇ ਆਇਆ ਸੋਨੇ ਦੀ ਜਿੰਦੀ। ਹਾਂ ਮੈਂ ਕਿਹਾ ਚੱਲਦੇ ਤਾਂ ਹੈਗੇ ਬਟ ਕਿੰਨੇ ਦਿਨ ਚੱਲਦੇ ਆ ਇਹਨਾਂ ਬਾਰੇ ਤਾਂ ਕੋਈ ਨਹੀਂ। ਆਪਾਂ ਇੱਕ ਛੋਟਾ ਜਿਹਾ ਵਕਫਾ ਲੈ ਲਈਏ, ਜ਼ਰੂਰ ਇਹ ਗਾਣਾ ਸੁਣਦੇ ਵੀ ਆ, ਇਹ ਗਾਣਾ ਕਿਹਨੇ ਲਿਖਿਆ ਤੇ ਪੂਰੀ ਟੀਮ ਦਾ ਕੀ ਕੀ ਯੋਗਦਾਨ ਆ, ਇਹ ਵੀ ਜਾਣਦੇ ਆ। ਬਿਲਕੁਲ ਜੀ, ਜੀ ਸੋਨੇ ਦੀ ਜਿੰਦੀ ਆ ਨਾ ਜਿਹੜੀ, ਜਿਵੇਂ ਗੱਲ ਆਪਾਂ ਪਹਿਲਾਂ ਕੀਤੀ ਆ ਵੀ ਕਿਸ ਤਰੀਕੇ ਦਾ ਦੌਰ ਹੈਗਾ, ਕਿਵੇਂ ਕਿਵੇਂ ਦੌਰ ਨੇ ਮੋੜ ਕੱਟਿਆ, ਤੇ ਇਹ ਦੱਸੋ ਵੀ ਜਿਹੜਾ ਸੋਨੇ ਦੀ ਜਿੰਦੀ ਦੇ ਨਾਲ ਜੁੜੀ ਟੀਮ ਆ, ਕਿਉਂਕਿ ਗੀਤਕਾਰ ਤੋਂ ਬਿਨਾਂ ਗਾਇਕ ਨਹੀਂ, ਸੰਗੀਤਕਾਰ ਦਾ ਵਡਮੁੱਲਾ ਯੋਗਦਾਨ,
ਫਿਲਮਾਂਕਣ ਦਾ ਉਸ ਤੋਂ ਵੱਡਾ ਯੋਗਦਾਨ, ਪ੍ਰਚਾਰ ਦਾ ਉਸ ਤੋਂ ਵੱਡਾ ਯੋਗਦਾਨ, ਡਿਜ਼ਾਈਨ ਵਾਲਾ ਜਿਹੜਾ ਜਿਹੜਾ ਸਾਰਾ ਕੁਝ ਸੰਵਾਰਦਾ ਪੋਸਟਰਾਂ ਨੂੰ ਹੋਰ ਚੀਜ਼ਾਂ ਨੂੰ, ਉਹਦਾ ਆਪਣਾ ਯੋਗਦਾਨ, ਇਹ ਸਾਰੀ ਟੀਮ ਆ ਜਿਹੜੀ ਉਹ ਕੌਣ ਕੌਣ ਇਹਦੇ ਵਿੱਚ ਸ਼ਾਮਿਲ? ਬਿਲਕੁਲ ਜੀ, ਪਹਿਲਾਂ ਤਾਂ ਸਭ ਤੋਂ ਰਾਈਟਰ ਹੀ ਆਉਂਦਾ, ਲਿਖਣ ਵਾਲਾ ਆਉਂਦਾ, ਗੀਤਕਾਰ ਕਰਕੇ ਜੇ ਉਹ ਨਾ ਹੋਵੇ ਤਾਂ ਫਿਰ ਉਹ ਤੋਂ ਅੱਗੇ ਸਾਰੀਆਂ ਚੀਜ਼ਾਂ ਉਦੋਂ ਅੱਗੇ ਤੁਰਦੀਆਂ। ਤੇ ਉਹ ਮੁੰਡਾ ਆ ਸਿੰਘਜੀਤ ਚਣਕੋਈਆ, ਉਹਦਾ ਪਿੰਡ ਆ, ਉਹਦਾ ਨਾਮ ਹੁਣ ਕਾਫੀ ਸਾਹਮਣੇ ਆਇਆ, ਕਾਫੀ ਸਾਹਮਣੇ, ਕਾਫੀ ਗਾਣੇ ਆ ਰਹੇ ਉਹਦੇ, ਕਾਫੀ ਔਰ ਗਾਣੇ ਪ੍ਰਵਾਨ ਵੀ ਉਹਦੇ ਬੋਲਾਂ ਨੂੰ ਲੋਕੀ ਕਰ ਰਹੇ ਆ ਕਾਫੀ ਜ਼ਿਆਦਾ। ਉਹਨਾਂ ਦਾ ਲਿਖਿਆ ਹੋਇਆ ਗਾਣਾ ਆ, ਜੀ ਗੁਰੀ ਜੀ ਆ ਖੰਨੇ ਤੋਂ ਉਹਨਾਂ ਦਾ ਮਿਊਜ਼ਿਕ ਕੀਤਾ ਇਸ ਗਾਣੇ ਦੇ ਵਿੱਚ, ਤੇ ਇਹਦੇ ਵੀਡੀਓ ਨੂੰ ਕੀਤਾ ਹੈਗਾ ਟਰੂ ਮੇਕਰ ਵਾਲੇ ਮੁੰਡੇ ਆ, ਖੁਸ਼ਪਾਲ ਹੋਣੀ, ਦਿਲਸ਼ੇਰ ਹੋਣੀ, ਉਹਨਾਂ ਦਾ ਵੀ ਕਾਫੀ ਖੂਬਸੂਰਤ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਆ ਆਪਣੇ ਦਰਸ਼ਕ। ਤੇ ਗਾਇਆ ਤਾਂ ਆਪਣਾ ਤਰੀਕਾ ਹੁੰਦਾ ਗਾਣੇ ਨੂੰ ਪਸੰਦ ਕਰ ਲਈ, ਚੂਜ਼ ਕਰ ਲਈ ਕੀ ਗਾਉਣਾ ਕੀ ਨਹੀਂ ਗਾਉਣਾ, ਹੈ ਨਾ। ਮੈਂ ਉਸ ਗਾਣੇ ਦਾ ਵਿਜ਼ਨ ਦੇਖਦਾ ਹੁੰਦਾ, ਉਸ ਗਾਣੇ ਦਾ ਇੱਕ ਦਾਇਰਾ ਦੇਖਦਾ ਹੁੰਦਾ ਵੀ ਕਿਹਨਾਂ ਲਈ ਆ ਇਹ ਗਾਣਾ। ਜਿੱਦਾਂ ਹੁਣ ਆਪਣਾ ਗਾਣਾ ਸੀ ਸਾਧਣੀ ਵਾਲੇ ਗਾਣੇ ਦੀ ਗੱਲ ਕਰਦੇ ਹਾਂ, ਵਿੱਚ ਰੋਮਾਂਟਿਕ ਗਾਣੇ ਸੀ, ਆਪਾਂ ਜਿੰਦੇ ਦੀ ਲਾ ਲਓ, ਉਹ 'ਚ ਇੱਕ ਗਾਣਾ ਸੀ ਹੋ ਗਿਆ ਮਰੀਦ ਗੋਰੇ ਰੰਗ ਦਾ ਨੀ ਮੁੰਡਾ ਸੋਹਣੀਆ, ਹੈ ਨਾ, ਹਾਂ, ਦਿਦਾਰ ਸੰਧੂ ਸਾਹਿਬ ਦੀ ਕੰਪੋਜੀਸ਼ਨ ਸੀਗੀ ਉਹ, ਹੈ ਨਾ, ਉਹ ਗਾਣਾ ਸੀ। ਫਿਰ ਅਸੀਂ ਗੱਲਾਂ ਗਲੀ ਗਲੀ ਵਿੱਚ ਗੱਲ ਗੱਲ ਵਰਗੀ ਗੋਰੀ ਲੜਦੀਆਂ, ਮਤਲਬ ਇਹ ਆਪਣਾ ਜੇ ਇਹ ਚੀਜ਼ਾਂ ਨਾ ਹੋਣ, ਇਹ ਆਪਣੇ ਸੱਭਿਆਚਾਰ 'ਚੋਂ ਚੀਜ਼ਾਂ ਮਿਲਦੀਆਂ, ਔਰਤਾਂ ਦੀ ਨੁਮਾਇੰਦਗੀ ਵਾਲੇ ਗੀਤ ਸਾਰੇ, ਹਾਂ, ਆਪਣੇ ਆਪਣੇ ਉਹ ਚੀਜ਼ 'ਚੋਂ ਮਿਲਦੀਆਂ, ਉਹਦਾ ਰੂਪ ਕਿਹੜਾ ਲੈਂਦੇ ਆ ਤੁਸੀਂ, ਉਸ ਚੀਜ਼ ਨੂੰ ਤੁਸੀਂ ਕਿੰਨਾ ਕੁ, ਉਹ ਤੁਹਾਡੀ ਅੱਖ ਕੀ ਦੇਖਦੀ ਆ, ਉਹਨੂੰ ਨੀਚਤਾਨਾ ਵੀ ਦੇਖ ਸਕਦੇ ਆ, ਉਹਨੂੰ ਉੱਚੀ ਸੋਚਣਾ ਵੀ ਦੇਖ ਸਕਦੇ ਆ, ਰਸਤਿਆਂ ਦੇ ਵਿੱਚ ਹੀ ਆ। ਹੁਣ ਦੇਰ ਭਾਬੀ ਦੇ ਰਸਤੇ ਨੂੰ ਮਾਂ ਪੁੱਤ ਦੇ ਰਸਤੇ ਨਾਲ ਵੀ ਦੇਖਿਆ ਜਾ ਸਕਦਾ, ਤੇ ਜਿਹੜੇ ਸਮਾਜ ਦੇ ਵਿੱਚ ਇਹਨਾਂ ਨੂੰ ਕਈ ਸੋਚ ਦੀ ਗੱਲ ਆ, ਤੁਹਾਡੀ ਸੋਚ ਕਿੱਥੇ ਜਾ ਰਹੀ ਆ? ਵੈਸੇ ਵੀ ਕਹਿੰਦੇ ਕਿ ਭਾਬੀ ਮਾਂ ਸਮਾਨ ਹੁੰਦੀ ਹੈ, ਬਿਲਕੁਲ, ਵੱਡੀ ਭਾਬੀ ਮਾਂ ਵਾਂਗ, ਮਤਲਬ ਵੀ ਉਹ ਚੀਜ਼ਾਂ ਤੁਹਾਡੀ ਸੋਚ ਤੇ ਡਿਪੈਂਡ ਕਰਦੀ, ਬਿਲਕੁਲ ਠੀਕ ਹੈ। ਗਾਣਾ ਚੂਜ਼ ਕਰ ਲਈ, ਮੈਂ ਇਹਨਾਂ ਚੀਜ਼ਾਂ ਦਾ ਮੇਰੇ ਦਿਮਾਗ 'ਚ ਆਟੋਮੈਟਿਕਲੀ ਖਿਆਲ ਹੁੰਦਾ ਵੀ ਹੈਗਾ ਕਿਹਨਾਂ ਲਈ, ਕੀ ਬਾਤ ਹੈ। ਜਦੋਂ ਆਪਣੀ ਆਪਾਂ ਹੁਣੇ ਵੀ ਪਹਿਲੀ ਐਲਬਮ ਦੀ ਗੱਲ ਕਰਦੇ ਹਾਂ, ਮੇਰੇ ਨਾਲ ਵੀ ਹਮੇਸ਼ਾ ਉਹ ਗੱਲ ਹੁੰਦੀ ਆ, ਭਾਅ ਜੀ ਜਿੰਦੇ ਵਰਗਾ ਕਰੋ, ਭਾਅ ਜੀ ਸਾਧਣੀ ਵਰਗਾ ਕਰੋ। ਸੋ ਇਸ ਗਾਣੇ ਦਾ ਵੀ ਜਿਹੜਾ ਦਾਇਰਾ ਹੈ ਨਾ, ਇੱਕ ਕੁੜੀ ਕਹਿ ਰਹੀ ਆ ਆਪਣੇ ਆਪਣੇ ਘਰ ਵਾਲੇ ਨੂੰ ਕਹਿ ਰਹੀ ਆ, ਆਪਣੇ ਸਿਰ ਦੇ ਸਾਈ ਨੂੰ ਕਹਿ ਰਹੀ ਆ, ਆਪਣੇ ਸਾਥੀ ਨੂੰ ਕਹਿ ਰਹੀ ਆ, ਚਾਹੇ ਉਹ ਵਿਆਹ ਤੋਂ ਪਹਿਲਾਂ ਆ ਚਾਹੇ ਬਾਅਦ 'ਚ, ਬਟ ਇਹ ਗਾਣਾ ਜਿਹੜਾ ਉਹ ਵਿਆਹ ਤੋਂ ਪਹਿਲਾਂ ਦਾ ਆ, ਦੋ ਬੋਲ ਹੋ ਜਾਣ, ਬਿਲਕੁਲ ਉਹਦੀ ਇੰਗੇਜਮੈਂਟ ਦੌਰ ਦਾ ਗਾਣਾ ਆ, ਸਾਈ ਤੇ ਅੰਤਰਾ। ਉਹ ਕਹਿੰਦੀ ਆ ਵੀ ਹੋਏ ਆਕੜੇ ਤੇਰੀ ਨੂੰ ਤਾਂ ਸੰਦੂਕ ਵਿੱਚ ਵੇ, ਲਾ ਕੇ ਰੱਖੂ ਸੋਨੇ ਦੀ ਮੈਂ ਜਿੰਦੀ ਮੁੰਡੇ ਆ, ਤੱਕੜੇ 'ਚ ਵਾਲ ਵੂਲ ਰਹਿ ਜੂਗਾ ਅਜੇ, ਤੇਰੇ ਵਿੱਚ ਰਹਿਣ ਨਾ ਮੈਂ ਦਿੰਦੀ ਮੁੰਡੇ ਆ, ਜਾਨੀਆਂ ਸਬਰ ਤਾਹੀ ਹਾਈਵੇ, ਜਾਨੀਆਂ ਸਬਰ ਤਾਹੀ ਪੀਵੇ, ਕੇਰਾ ਵਿਆਹ ਤਾਂ ਹੋਣ ਦੇ, ਦੇਖੀ ਜਾਹੀ ਬਣੂ ਤੇਰਾ ਕੀਵੇ, ਤੇਰਾ ਵਿਆਹ ਤਾਂ ਹੋਣ ਦੇ, ਜੇ ਲਾਤਾ ਨਾ ਕਹਿਣ ਜੀ ਜੀਵੇ, ਕੇਰਾ ਵਿਆਹ ਤਾਂ ਹੋਣ ਦੇ। ਹੁਣ ਹਰਮਨ ਦੇ ਹੱਸਣ ਤੋਂ ਮੈਨੂੰ ਪਤਾ ਲੱਗ ਗਿਆ ਵੀ ਇਹ ਗਾਣਾ ਕੁੜੀਆਂ ਨੂੰ ਪਸੰਦ ਆਊਗਾ, ਸਹੀ ਹੈ, ਉਹਨਾਂ ਲਈ ਚੁਣਿਆ ਗਿਆ ਗਾਣਾ ਆ ਰਿਹਾ। ਹਾਂ, ਉਹਨਾਂ ਨੇ ਨਾ ਕੱਲ ਮੇਰੇ ਕੋਲੇ ਗੱਲ ਕੀਤੀ ਸੀ, ਕਹਿੰਦੇ ਵੀ ਮੈਂ ਨਵਾਂ ਨਵਾਂ ਗਾਣਾ ਸੁਣਿਆ ਤੇ ਮੈਨੂੰ ਚੰਗਾ ਲੱਗਾ, ਇਹਦੀ ਨਾ ਮੈਂ ਚਾਹੁੰਦਾ ਵੀ ਇੱਕ ਜਿਹੜਾ ਅਗਲਾ ਹਿੱਸਾ। ਹਾਂ ਹਾਂ, ਕਹਿੰਦਾ ਉਹ ਸਾਰਾ ਦਿਨ ਸਾਰ ਨਾ ਪੁੱਛਣ ਵਾਲਿਆ, ਪੁੱਛ ਪੁੱਛ ਮਹਿਫਲਾਂ 'ਚ ਜਾਇਆ ਕਰੇਗਾ, ਫੌਜੀਆਂ ਦੀ ਮੱਖਣਾ ਡਿਊਟੀ ਵਾਂਗਰਾਂ, ਨਖਰੋ ਦਾ ਹੁਕਮ ਬਜਾਇਆ ਕਰੇਗਾ, ਸਾਰਾ ਦਿਨ ਸਾਰ ਨਾ ਪੁੱਛਣ ਵਾਲਿਆ, ਪੁੱਛ ਪੁੱਛ ਮਹਿਫਲਾਂ 'ਚ ਜਾਇਆ ਕਰੇਗਾ, ਫੌਜੀਆਂ ਦੀ ਮੱਖਣਾ ਡਿਊਟੀ ਵਾਂਗਰਾਂ, ਨਖਰੋ ਦਾ ਹੁਕਮ ਬਜਾਇਆ ਕਰੇਗਾ, ਉਹੀ ਲੰਘੇਗਾ ਜੋ ਪਾ ਕੇ ਜਾਊ, ਉਹੀ ਲੰਘੇਗਾ ਜੋ ਪਾ ਕੇ ਜਾਊ, ਲੀਵੇ ਤੇਰਾ ਵਿਆਹ ਤਾਂ ਹੋਣ ਦੇ, ਦੇਖੀ ਜਾਹੀ ਬਣੂ ਤੇਰਾ ਕੀਵੇ। ਹੁਣ ਰੱਬ ਜਾਣਦਾ ਵੀ ਕੀ ਬਣੂਗਾ। ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ, ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ, ਤੇ ਸਭ ਤੋਂ ਜ਼ਰੂਰੀ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।
ਜੱਸੀ ਜੀ, ਅਸੀਂ ਤੁਹਾਡੇ ਗਾਇਕੀ ਦੇ ਸਫ਼ਰ ਬਾਰੇ ਜਾਣ ਲਿਆ, ਤੁਹਾਡੇ ਜਿਹੜਾ ਹੁਣ ਗਾਣਾ ਆਇਆ ਉਹਦੇ ਬਾਰੇ 'ਚ ਜਾਣ ਲਿਆ, ਅਤੇ ਇੱਕ ਸਵਾਲ ਜਿਹੜਾ ਮੈਨੂੰ ਤੰਗ ਕਰ ਰਿਹਾ ਵੀ ਅੱਜ ਕੱਲ੍ਹ ਗਾਇਕ ਜਿਹੜੇ ਨੇ ਉਹ ਹੀਰੋ ਬਣਨ ਵੱਲ ਨੂੰ ਜਾ ਰਹੇ ਨੇ, ਮਤਲਬ ਬਣ ਵੀ ਗਏ ਨੇ ਕਈ ਕਹਿ ਲਓ, ਹੈ ਨਾ, ਅਤੇ ਤੁਸੀਂ ਕਦੇ ਕਿਸੇ ਫਿਲਮ ਬਾਰੇ ਨਹੀਂ ਸੋਚਿਆ? ਕਈ ਵਾਰੇ ਪਹਿਲਾਂ ਇਹਨਾਂ ਨੂੰ ਇੱਕ ਫਿਲਮ ਦੀ ਪੇਸ਼ਕਸ਼ ਵੀ ਆਈ ਸੀ, ਅਖਬਾਰਾਂ 'ਚ ਖ਼ਬਰਾਂ ਵੀ ਛਪੀਆਂ ਸੀ, ਕਿਤੇ ਤੁਹਾਨੂੰ ਬਿਲਕੁਲ ਬਿਲਕੁਲ ਉਹਦੇ 'ਚ ਕੰਮ ਕਿਉਂ ਨਹੀਂ ਕੀਤਾ? ਪਰ ਤੁਸੀਂ ਇੱਦਾਂ ਨਹੀਂ ਲੱਗਦਾ ਵੀ ਤੁਸੀਂ ਜਿਹੜਾ ਇਹ ਮੈਨੂੰ ਪ੍ਰਸ਼ਨ ਕੀਤਾ ਆ ਵੀ ਉਹਦੇ ਵਿੱਚ ਤੁਹਾਨੂੰ ਇੱਦਾਂ ਕਹਿਣਾ ਚਾਹੀਦਾ ਵੀ ਇੰਨਾ ਸੋਹਣਾ ਸੁਨੱਖਾ ਮੁੰਡਾ? ਇਹਨਾਂ ਨੇ ਪਹਿਲਾਂ ਹੀ ਗੱਲ ਟੋਕਤੀ। ਦੇਖੋ ਜੀ, ਗੱਲ ਇਹ ਹੈ ਵੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਹੀ ਸੱਦਾ ਦਈਏ ਜਿਹੜੇ ਬਹੁਤ ਜ਼ਿਆਦਾ ਦਿਲ ਦੇ ਸਾਫ਼ ਤੇ ਸੱਭਿਆਚਾਰ ਦੀ ਸੇਵਾ ਕਰਨ ਵਾਲੇ ਲੋਕ ਨੇ। ਬਿਲਕੁਲ ਸਹੀ। ਸੋ ਮੈਨੂੰ ਇਹ ਦੱਸੋ ਵੀ ਫਿਲਮਾਂ 'ਚ ਕਿਉਂ ਨਹੀਂ ਆਏ ਫਿਰ? ਇਹਦੇ ਵਿੱਚ ਤੁਸੀਂ ਦੋ ਤਿੰਨ ਕੁਐਸਚਨ ਕਰਤੇ ਜੀ। ਇੱਕ ਤਾਂ ਇਹ ਕਿ ਵੀ ਇਹ ਗੱਲ ਬਹੁਤ ਇਹ ਗੱਲ ਸੱਚੀ ਹੈ ਵੀ ਆਪਾਂ ਕਦੀ ਹੈ ਨਾ ਆਪਣੇ ਕੋਲ ਫੋਰਮੈਲਿਟੀਆਂ ਨਹੀਂ ਹੁੰਦੀਆਂ। ਜੇ ਆਪਣਾ ਗਾਣਾ ਆ ਕੇ ਫਲਾਪ ਹੋ ਜਾਵੇ ਹੈ ਨਾ ਪਸੰਦ ਕਰਨ ਲੋਕ, ਤਾਂ ਆਪਾਂ ਆਪ ਮੰਨੀਦਾ ਵੀ ਬਾਈ ਇਹ ਵਧੀਆ ਨਹੀਂ ਸੀ, ਅਗਲੀ ਵਾਰੀ ਵਧੀਆ ਕਰਕੇ ਸੋਰੀ ਤੁਹਾਨੂੰ ਬੋਰ ਕੀਤਾ ਵੀ ਨਹੀਂ ਕੰਮ ਦਾ ਰਿਹਾ। ਵੈਰੀ ਕਲੀਅਰ, ਝੂਠ ਨਹੀਂ ਬੋਲਦਾ ਹੁੰਦਾ ਕਦੀ ਨਹੀਂ ਕਦੀ ਨਹੀਂ। ਉਹ ਆਪਣੇ ਆਪ 'ਤੇ ਡਿਪੈਂਡ ਕਰਦਾ ਵੀ ਐਵੇਂ ਜਿੱਦਾਂ ਆਪਾਂ ਪਿੱਛੇ ਵੀ ਗੱਲ ਕਰਦੇ ਹਟੇ ਤੁਸੀਂ, ਮੈਂ ਤੁਹਾਡਾ ਸੁਣਿਆ ਸੀ ਐਪੀਸੋਡ ਵੀ, ਆਪਾਂ ਕਦੀ ਉਹਨਾਂ ਚੱਕਰਾਂ 'ਚ ਨਹੀਂ ਪੈਂਦੇ ਵੀ ਆਪਣੇ ਆਪ ਨੂੰ ਤਸੱਲੀ ਦੇਣ ਲਈ ਫੇਕ ਵਿਊ ਕਰੀ ਜਾਓ, ਕਦੀ ਉਹ ਕਰੀ ਜਾਓ, ਜੋ ਅਸਲੀਅਤ ਆ ਉਹ ਸਾਹਮਣੇ ਰੱਖੀ ਦੀ। ਕਿਆ ਬਾਤ ਹੈ, ਮਤਲਬ ਇਹ ਤਾਂ ਸੱਚੀ ਗੱਲ ਆ ਹੈ ਨਾ। ਬਾਕੀ ਜਿਹੜੀ ਫਿਲਮ ਵਾਲੀ ਗੱਲ ਹੈ, ਜਿੱਦਾਂ ਟਹਿਣਾ ਸਾਹਿਬ ਨੇ ਵੀ ਗੱਲ ਕੀਤੀ, ਆਪਾਂ ਆਲਰੇਡੀ ਫਿਲਮ ਸਾਈਨ ਕਰਕੇ 4 ਦਿਨ ਦਾ ਸ਼ੂਟ ਕਰਕੇ ਛੱਡਿਆ ਹੋਇਆ ਆ। ਕਿਉਂ? ਬਟ ਫਿਰ ਉੱਥੇ ਗੱਲ ਆ ਜਾਂਦੀ ਹੈ, ਆਪਾਂ ਚਲੋ ਮਾਹੌਲ ਅੱਗੇ ਹੋਰ ਚੋਂ ਨਿਕਲਿਆ, ਜਦੋਂ ਮੰਮੀ ਹਾਂ ਜਦੋਂ ਸਿੱਖ ਹੋ ਗਿਆ ਸੀ, ਫਿਰ ਉਹ ਜਿਹੜੇ ਪ੍ਰੋਡਿਊਸਰ ਸੀ ਮੇਰੇ ਜਿਹੜੇ, ਉਹ ਜਲਦੀ ਦੀਆਂ ਡੇਟਾਂ ਚਾਹੁੰਦੇ ਸੀ, ਉਹ ਇਸ ਚੀਜ਼ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ ਸੀ ਵੀ ਕਿੱਦਾਂ ਦਾ ਟਾਈਮ ਆ, ਹੈ ਨਾ। ਤੇ ਮੈਂ ਹੈ ਹੀ ਨਹੀਂ ਸੀ ਉਸ ਚੀਜ਼ ਨੂੰ ਕਰਨ ਲਈ, ਮਤਲਬ ਹੈ ਹੀ ਨਹੀਂ ਸੀ ਮੇਰੇ। ਚਲੋ ਜੋ ਬੀਤ ਗਿਆ ਸੋ ਬੀਤ ਗਿਆ, ਦੱਸੋ ਵੀ ਆਉਣ ਵਾਲੇ ਟਾਈਮ 'ਚ ਫਿਲਮਾਂ ਕਰਨੀਆਂ ਨੇ? ਪਹਿਲੋਂ ਸਿੰਗਿੰਗ ਦੇ ਵਿੱਚ ਆਪਾਂ ਗਾਣੇ 3-4 ਪਲਾਨ ਹੋਏ ਹੋਏ ਆਪਣੇ ਆਲਰੇਡੀ ਬਣੇ ਹੋਏ ਆ ਉਸ ਟੀਸੀ ਤੇ ਮੁਕਾਮ ਤੇ। ਹਾਂ, ਪਹਿਲੋਂ ਆਪਾਂ ਪੂਰੀ ਵਾਹਿਗੁਰੂ ਦੀ ਕਿਰਪਾ ਨਾਲ ਸੋਲਿਡ ਆਇਆ, ਪਹਿਲੋਂ ਆਪਾਂ ਉਹ ਕੰਮ ਕਰਾਂਗੇ। ਫਿਲਮਾਂ ਦੀਆਂ ਆਫਰਾਂ ਰੀਅਲੀ ਸੱਚ ਦੇ ਵਿੱਚ ਹੈਗੀਆਂ ਵੀ ਆ, ਤੇ ਕਰਾਂਗੇ ਵੀ ਜੇ ਕੁਛ ਵਧੀਆ ਆਇਆ, ਕੋਈ ਏਡੀ ਗੱਲ ਨਹੀਂ। ਔਰ ਤੁਹਾਨੂੰ ਦੱਸੇ ਤੋਂ ਬਿਨਾਂ ਥੋੜਾ ਹੋਣ ਲੱਗਾ, ਟਹਿਣਾ ਸਾਹਿਬ ਦੀ ਤਾਂ ਕਿੱਦਾਂ ਕਹਿੰਦੇ ਹੁੰਦੇ ਆ ਵੀ ਮਨਜ਼ੂਰੀ ਨਾਲ ਹੀ ਹੋਣਾ ਹੁੰਦਾ। ਬਿਲਕੁਲ ਬਿਲਕੁਲ ਕਰਾਂਗੇ, ਬਿਲਕੁਲ ਕਰਾਂਗੇ। ਅਸੀਂ ਹੈ ਨਾ ਜਦੋਂ ਪੜ੍ਹਦੇ ਹੁੰਦੇ ਸੀ, ਹੈ ਨਾ, ਮੈਂ ਆਪਣੇ ਫਰੈਂਡਸ ਦੇ ਨਾਲ ਅਸੀਂ ਫਿਲਮ ਦੇਖਣ ਗਏ ਸੀ ਹਰਭਜਨ ਮਾਨ ਸਾਹਿਬ ਦੀ ਜੀ ਆਇਆਂ ਨੂੰ, ਨਵਾਂ ਮੋੜ ਦਿੱਤਾ ਸੀ। ਮਤਲਬ ਜੇ ਪੰਜਾਬੀ ਸਿਨੇਮਾ ਸ਼ੁਰੂ ਹੋਇਆ ਤਾਂ ਉਹਨਾਂ ਦੀ ਬਦੌਲਤ ਸ਼ੁਰੂ ਹੋਇਆ, ਉਸ ਫਿਲਮ ਦੀ ਬਦੌਲਤ, ਤੇ ਉਦੋਂ ਆਪਣੀ ਐਲਬਮ ਆਉਣ ਵਾਲੀ ਸੀ, ਹੈ ਨਾ। ਤੇ ਮੇਰੇ ਫਰੈਂਡ ਕਹਿੰਦੇ ਯਾਰ ਉਹ ਗਾਣਾ ਚੱਲਦਾ ਸੀ ਬਾਈ ਦਾ ਕੋਈ, ਹੈ ਨਾ, ਕਹਿੰਦੇ ਵੀ ਯਾਰ ਵੀ ਕਿੰਨਾ ਚੰਗਾ ਹੋਵੇ, ਹੈ ਨਾ, ਅਸੀਂ ਜੱਸੀ ਸੋਹਲ ਦਾ ਇੱਦਾਂ ਗਾਣਾ ਸੁਣਦੇ ਹੋਈਏ, ਹੈ ਨਾ। ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਮਹੀਨੇ ਕੁ ਬਾਅਦ ਆਪਣੀ ਐਲਬਮ ਆਈ, ਤੇ ਉਹ ਉਹਨਾਂ ਦੀ ਗੱਲ ਸੱਚ ਹੋਈ। ਤੇ ਹੁਣ ਕਿਤੇ ਤੁਹਾਡੀ ਗੱਲ ਸੱਚ ਹੋ ਜਾਵੇ, ਹੈ ਨਾ, ਵੀ ਜ਼ਰੂਰ ਹੋਏਗੀ, ਜ਼ਰੂਰ ਹੋਏਗੀ, ਅਸੀਂ ਆਸ ਉਮੀਦ ਕਰਦੇ ਹਾਂ ਜ਼ਰੂਰ ਸੱਚ ਹੋਏਗੀ। ਜੱਸੀ ਬਾਈ ਜੀ, ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ। ਜਿਹੜੀ ਘੜੀ ਹੈ ਨਾ ਉਹ ਕਹਿੰਦੀ ਵੀ ਬਸ ਹੁਣ 2 ਦਿਨ ਹੋ ਗਏ, ਕਹਿੰਦੇ ਪੂਰੇ, ਤੁਸੀਂ ਤਾਂ ਹੱਟਦੇ ਨਹੀਂ। ਮੇਰਾ ਦਿਲ ਤਾਂ ਕਰਦਾ ਸੀ ਕਿਉਂਕਿ ਬਹੁਤ ਸਾਰੀਆਂ ਬਾਤਾਂ ਐਸੀਆਂ ਜਿਹੜੀਆਂ 2-4-5 ਦਿਨ ਹੋਰ ਵੀ ਹੋ ਸਕਦੀਆਂ, ਪਰ ਕੀ ਤੁਹਾਡੀਆਂ ਭਵਿੱਖੀ ਯੋਜਨਾਵਾਂ ਗਾਣਿਆਂ ਦੇ ਰੂਪ ਦੇ ਵਿੱਚ? ਤੁਸੀਂ ਪਿਛਲੀ ਵਾਰ ਦੱਸਿਆ ਜੀ ਪਿਛਲੇ ਹਿੱਸੇ ਦੇ ਵਿੱਚ ਕਿ ਫਿਲਮਾਂ ਦੀ ਗੱਲ ਹੈ, ਤੇ ਗਾਣਿਆਂ ਦੇ ਰੂਪ ਦੇ ਵਿੱਚ 3-4 ਗਾਣੇ ਜਿਹੜੇ ਉਲੀਕੇ ਆ, ਉਹ ਵੀ ਔਰਤਾਂ ਦੀ ਨੁਮਾਇੰਦਗੀ ਵਾਲੇ ਆ ਜਾਂ ਹੋਰ ਵੱਖ ਵੱਖ ਰੰਗਾਂ ਵਾਲੇ? ਵੱਖ ਵੱਖ ਰੰਗ ਦੇ ਹੋਣਗੇ ਜੀ, ਮਤਲਬ ਵੀ ਇਕੱਲੇ, ਮਤਲਬ ਇੰਨਾ ਹੈਗਾ ਵੀ ਆਪਣੇ ਗਾਣਿਆਂ ਦੇ ਵਿੱਚੋਂ ਰੂਪ ਜ਼ਰੂਰ ਇਹ ਝਲਕਦਾ ਹੁੰਦਾ, ਸੱਭਿਅਕ ਹੋਣਗੇ। ਹਾਂ, ਕਦੀ ਵੀ ਇੱਦਾਂ ਨਹੀਂ ਹੋਇਆ ਵੀ ਮੇਰੀ ਹਮੇਸ਼ਾ ਸੋਚ ਰਹੀ ਆ, ਇੱਦਾਂ ਨਹੀਂ ਹੋਇਆ ਵੀ ਉਹ ਚੈਨਲ ਕਿਸੇ ਪੇ ਦੇ ਕੋਲ ਬੈਠੀ ਧੀ ਨੂੰ ਚੈਨਲ ਚੇਂਜ ਕਰਨਾ ਪਵੇ, ਜਾਂ ਪੇ ਨੂੰ ਚੇਂਜ ਕਰਨਾ ਪਵੇ, ਜਾਂ ਭਰਾ ਨੂੰ ਭੈਣ ਦੇ ਲਾਗੇ ਬੈਠੀ ਨੂੰ ਚੈਨਲ ਚੇਂਜ ਕਰਨਾ ਪਵੇ। ਗਾਣੇ ਦੇ ਬੋਲਾਂ 'ਚੋਂ ਤਾਂ ਗਾਣੇ ਦੇ ਵੀਡੀਓ 'ਚ ਆਪਣੇ 'ਚੋਂ ਨਾ ਕਦੀ ਇਹੋ ਜਿਹੀ ਚੀਜ਼ ਝਲਕੀ ਆ, ਨਾ ਹੀ ਝਲਕੂਗੀ। ਬਹੁਤ ਵਧੀਆ, ਜਿਹੜੀ ਸਭ ਤੋਂ ਹਮੇਸ਼ਾ ਗਾਣੇ ਦਾ ਜਿਹੜਾ ਇੰਨਾ ਕੁ ਹੈਗਾ ਵੀ ਜਿਹੜੇ ਗਾਣੇ ਆ ਰਹੇ ਆ ਉਹਨਾਂ ਦੇ ਵਿੱਚ ਰੋਮੈਂਟਿਕ ਗਾਣੇ ਵੀ ਹੈਗੇ ਆ, ਉਹਨਾਂ ਦੇ ਵਿੱਚ ਮੁੰਡੇ ਖੁੰਡਿਆਂ ਵਾਲੇ ਅਣਖ ਵਾਲੇ, ਮੈਂ ਹਮੇਸ਼ਾ ਅਣਖ ਗਾਈ ਆ, ਬਦਮਾਸ਼ੀ ਨਹੀਂ ਗਾਈ। ਬਹੁਤ ਵਧੀਆ, ਕਰਕੇ ਮੈਂ 5 ਫੁੱਟ ਦਾ ਬੰਦਾ ਬਦਮਾਸ਼ੀ ਕਰਦਾ ਚੰਗਾ ਨਹੀਂ ਲੱਗਦਾ, ਵੈਰੀ ਕਲੀਅਰਲੀ ਨਾਲੇ ਸਾਡੀਆਂ ਨਜ਼ਰਾਂ ਦੇ ਵਿੱਚ ਥੋੜਾ ਕੱਦ ਉਦਾਂ ਬਹੁਤ। ਨਹੀਂ ਨਹੀਂ ਨਹੀਂ, ਕੀ ਬਾਤ ਹੈ, ਥੈਂਕ ਯੂ ਜੀ, ਥੈਂਕ ਯੂ। ਤੇ ਹੁਣ ਵਾਰੀ ਆ ਗਈ ਸਾਡੇ ਫੇਵਰਿਟ ਸਵਾਲ ਦੀ, ਪਸੰਦੀਦਾ ਸਵਾਲ ਦੀ। ਹਾਂ, ਇਹ ਬ੍ਰਸ਼ ਕਿਹੜਾ ਆ ਇਹ? ਹੁਣ ਦੱਸੋ ਵੀ ਚਾਹੀਦਾ ਵਿਚਾਰ ਜਾ ਕੇ ਕਿਵੇਂ ਲੱਗਿਆ? ਚੱਜ ਦੇ ਬਾਜ਼ਾਰ 'ਚ ਦੇਖੋ ਜੀ, ਜਿੱਦਾਂ ਤੁਸੀਂ ਜਿੱਦਾਂ ਟਹਿਣਾ ਸਾਹਿਬ ਪਹਿਲੋਂ ਤਾਂ ਇਸ ਚੀਜ਼ 'ਤੇ ਸੀਗੇ ਵੀ, ਹੈ ਨਾ, ਵੀ ਇਹਨਾਂ ਨੇ ਗੱਲਾਂ ਚੱਜ ਦੀਆਂ ਹੀ ਕਰਨੀਆਂ ਹੁੰਦੀਆਂ ਸੀ, ਜਦੋਂ ਦੇ ਇਹ ਹਰਮਨ ਜੀ ਨਾਲ ਬੈਠਣ ਲੱਗੇ ਆ ਤੇ ਤੁਸੀਂ ਹੂੰ ਕਾਹਤੋਂ ਇੱਦਾਂ ਕਰਨ ਲੱਗ ਪਏ? ਉੱਧਰ ਨੂੰ ਨਹੀਂ ਵੇਖਣਾ, ਮਸਾਂ ਮੇਰੀ ਤਰੀਫ ਹੋਣ ਲੱਗੀ, ਤੁਸੀਂ ਉੱਧਰ ਵੇਖੋ।
ਸੋ ਸੋ ਚੱਜ ਦੇ ਵਿਚਾਰ ਦੇ ਨਾਲ ਨਾਲ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਮਨੋਰੰਜਨ ਹੁੰਦਾ, ਜਿਹੜਾ ਦਿਲ ਲੱਗਦਾ ਵੀ ਪਤਾ ਨਹੀਂ ਅੱਗੇ ਲਈ ਖੱਟੀ ਮਿੱਠੀ ਗੱਲ ਕਿਹੜੀ ਹੋਣੀ ਆ, ਇਹਦੀ ਉਹ ਬਹੁਤ ਖਾਸੀਅਤ ਆ ਪ੍ਰੋਗਰਾਮ ਦੀ ਜਿੰਨਾ ਕੁ ਮੈਂ ਇਹਨੂੰ ਦੇਖਿਆ। ਤੋ ਮੈਂ ਇਹੀ ਸਾਰੀ ਟੀਮ ਨੂੰ ਕਹਿ ਲਓ ਵੀ ਇਹਦੇ ਲਈ ਵਧਾਈ ਵੀ ਦਿੰਦਾ, ਅਤੇ ਮੈਂ ਆਪਣੇ ਵੱਲੋਂ ਤੁਹਾਡਾ ਧੰਨਵਾਦੀ ਵੀ ਹਾਂ, ਹਰਮਨ ਜੀ ਦਾ, ਟਹਿਣਾ ਸਾਹਿਬ ਦਾ, ਆਪਣਿਆਂ ਦਾ ਧੰਨਵਾਦ ਕਰਨਾ ਨਹੀਂ ਬਣਦਾ ਹੁੰਦਾ, ਮੇਰੇ ਆਪ ਦੇ ਆ, ਸਪੈਸ਼ਲੀ ਅਮਨ ਭਾਜੀ ਦਾ, ਅਤੇ ਬਾਕੀ ਤੁਹਾਡੀ ਟੀਮ ਦੇ ਵਿੱਚ ਤੁਹਾਡੇ ਨਾਲ ਤੁਹਾਡੇ ਇਸ ਪ੍ਰਾਈਮ ਏਸ਼ੀਆ ਟੀਮ ਦੇ ਮੈਂਬਰ ਆ ਬੈਨੀਪਾਲ ਭਾਜੀ, ਦਵਿੰਦਰ ਭਾਜੀ, ਕਾਫੀ ਟਾਈਮ ਤੋਂ ਅਸੀਂ ਜੁੜੇ ਹਾਂ, ਮੈਂ ਉਹਨਾਂ ਦੇ ਗਾਣੇ ਵੀ ਗਾਏ ਆ, ਹੈ ਨਾ, ਬੜਾ ਸੋਹਣਾ ਲੱਗਦੇ ਹੋ। ਹਾਂਜੀ ਹਾਂਜੀ ਹਾਂਜੀ, ਉਹਨਾਂ ਦਾ ਗਾਣਾ ਆਪਾਂ ਗਾਇਆ ਸੀ ਆਪਣੇ ਮਤਲਬ ਨੂੰ, ਮੁੰਡਾ ਖੰਡ ਦਾ ਕੜਾਹ ਬਣ ਗਿਆ, ਅਤੇ ਹੋਰ ਵੀ ਕਾਫੀ ਉਹਨਾਂ ਦੇ ਗਾਣੇ ਮੋਸਟਲੀ ਮੈਂ ਗਾਏ ਆ, ਸਾਰੀ ਸਾਰੀ ਟੀਮ ਦਾ, ਜਿਹੜੇ ਕੈਮਰੇ ਦੇ ਅੱਗੇ ਵੀ ਰਹਿੰਦੇ ਆ ਅਤੇ ਜਿਹੜੇ ਕੈਮਰੇ ਦੇ ਪਿੱਛੇ ਵੀ ਰਹਿੰਦੇ ਆ ਮੇਰੇ ਭਰਾ, ਉਹਨਾਂ ਦਾ ਜ਼ਿਆਦਾ ਯੋਗਦਾਨ ਹੈ, ਜਿਹੜੇ ਇੰਨੇ ਸੋਹਣੇ ਸੋਹਣੇ ਬਣਾ ਕੇ ਅੱਗੇ ਲੈ ਕੇ ਆਉਂਦੇ ਹਨ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ, ਔਰ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਆ ਆਪਣੇ ਦਰਸ਼ਕਾਂ ਦਾ, ਜਿਨ੍ਹਾਂ ਨੇ ਜੱਸੀ ਸੋਹਲ ਨੂੰ ਪ੍ਰਵਾਨ ਕੀਤਾ ਸੀ ਅਤੇ ਹੁਣ ਕਰ ਰਹੇ ਆ, ਉਹਨਾਂ ਲਈ ਹਮੇਸ਼ਾ ਰਿਣੀ ਰਹੂੰਗਾ, ਹਮੇਸ਼ਾ ਧੰਨਵਾਦੀ ਰਹੂੰਗਾ ਤੁਹਾਡਾ। ਤੇ ਅਸੀਂ ਆਸ ਉਮੀਦ ਕਰਦੇ ਹਾਂ ਕਿ ਦਰਸ਼ਕ ਇਸੇ ਤਰੀਕੇ ਦੇ ਨਾਲ ਜੱਸੀ ਸੋਹਲ ਨੂੰ ਪਿਆਰ ਦਿੰਦੇ ਰਹਿਣਗੇ, ਤੇ ਅਸੀਂ ਮਨੋਬਲ ਵਧਾਉਣਗੇ ਇਹਨਾਂ ਦਾ, ਬਿਲਕੁਲ ਇਹਨਾਂ ਨੂੰ ਅੱਗੇ ਲੈ ਕੇ ਜਾਣਗੇ, ਜ਼ਿੰਦਾਬਾਦ ਇਹ ਵੀ ਰਹਿਣਗੇ ਤੇ ਤੁਸੀਂ ਵੀ ਰਹੋ, ਬਿਲਕੁਲ। ਤੇ ਅਸੀਂ ਇਹ ਅਰਦਾਸ ਵੀ ਕਰਦੇ ਹਾਂ ਤੇ ਇਹ ਤੁਹਾਨੂੰ ਬੇਨਤੀ ਵੀ ਕਰਦੇ ਹਾਂ ਕਿ ਹਮੇਸ਼ਾ ਇਹੋ ਜਿਹੇ ਸਭੇ ਗੀਤ ਹੀ ਗਾਉਂਦੇ ਰਹੋ ਤੇ ਸਾਡਾ ਸਾਰਿਆਂ ਦਾ ਮਨੋਰੰਜਨ ਕਰਦੇ ਰਹੋ, ਬਿਲਕੁਲ। ਬਾਕੀ ਫਿਲਹਾਲ ਇਸ ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਹੋ ਗਿਆ, ਦੁਬਾਰਾ ਜਦੋਂ ਵੀ ਕਿਤੇ ਮੌਕਾ ਮਿਲਿਆ ਤੁਹਾਡੇ ਨਾਲ ਬੈਠ ਕੇ ਜ਼ਰੂਰ ਅਸੀਂ ਗੱਲਾਂ ਬਾਤਾਂ ਕਰਾਂਗੇ। ਫਿਲਹਾਲ ਦੇ ਲਈ ਸਾਨੂੰ ਇਜਾਜ਼ਤ ਦਿਓ ਜੀ, ਤੁਸੀਂ ਆਪਣੇ ਜਿਹੜੇ ਵਿਚਾਰ ਨੇ ਜਾਂ ਜਿਹੜੇ ਵੀ ਤੁਹਾਡੇ ਕਮੈਂਟਸ ਨੇ ਜੋ ਤੁਹਾਡੀ ਪ੍ਰਤੀਕਿਰਿਆ ਉਹ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ, ਵਟਸਐਪ ਦਾ ਨੰਬਰ ਹੈ ਸਾਡਾ ਤੁਹਾਡੇ ਕੋਲ, ਉਹਦੇ ਰਾਹੀਂ ਪਹੁੰਚਾ ਸਕਦੇ ਹੋ, ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਪਰ ਆਪਣੇ ਕਮੈਂਟਸ ਭੇਜ ਸਕਦੇ ਹੋ, ਜਾਂ ਯੂਟਿਊਬ ਦੇ ਉੱਪਰ ਇੱਕ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਉਸ ਤੋਂ ਇਲਾਵਾ ਉਹਦੇ ਥੱਲੇ ਵੀ ਕਮੈਂਟਸ ਕਰ ਸਕਦੇ ਹੋ। ਫਿਲਹਾਲ ਦੇ ਲਈ ਅਸੀਂ ਤਿੰਨੋਂ ਚੱਲਦੇ ਹਾਂ, ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।